सब तो पहला थायराइड की है, क्योंकि इहदियां कई किस्मां भी मनियां जांदियां ने कि इह इक बीमारी है। जब तक अपन जड़ दी जिस प्रॉब्लम करके प्रॉब्लम बनी सी उससे कम नहीं करते तो ये सारे लक्षण बनते जाते हैं, तो बंदा अपनी लाइफ में हारना शुरू हो जाता है। कोई होर भी साइड इफेक्ट भी हुंदा है जिहड़ी दवाई जिहड़ी एलोपैथिक ट्रीटमेंट आपां नूं दित्ता जांदा है डॉक्टरां दे वल्लों, जिहड़ी गोली दित्ती जांदी है जिहड़ी कहिंदे ने कि सारी जिंदगी खाणी पऊ। हुण तां खाण पीण दे विच अजिहा की बदलाव करिए जिहदे नाल सानूं इस समस्या तों निजात मिल जावे, इहदी जड़ ही पुट्टी जावे। डाइट चेंज करनी है, ये की है, की तरीका है, की तुसी साडे दर्शकां नूं सुझाउंदे हो कि जे तुहानूं थायराइड दोनों दे विचों दोनों टाइप्स दे विचों दोनों किस्मां दे विचों कोई भी हो जावे तां तुसी कीहड़ी जिहड़ी डाइट है वह लैनी है। ਹੁੰਦਾ ਕੀ ਹੈ ਕਿ ਜਿਹੜੀ ਪੱਟੀਆਂ ਨੇ ਇਹ ਠੰਡੀਆਂ ਨੇ, ਇਹ ਜੇ ਠੰਡੀ ਹੋ ਕੇ ਤੁਹਾਡੇ ਗਲੇ ਤੇ ਤੁਹਾਡੇ ਪੇਟ ਵਿੱਚ ਲੱਗਦੀਆਂ ਨੇ ਤੇ ਉਸ ਜਗ੍ਹਾ ਦਾ ਯਾਨੀ ਪੇਟ ਦਾ ਤੇ ਗਲੇ ਦਾ ਟੈਂਪਰੇਚਰ ਥੋੜਾ ਥੋੜਾ ਬਾਕੀ ਬਾਡੀ ਦੇ ਮੁਕਾਬਲੇ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਐਜ਼ ਅ ਰਿਜ਼ਲਟ ਬਾਡੀ ਵਿੱਚ ਦੋ ਤਾਪਮਾਨ ਬਣ ਜਾਂਦੇ ਨੇ, ਉੱਤੇ ਗਰਮ ਇੱਥੇ ਠੰਡਾ, ਫਿਰ ਇੱਥੇ ਗਰਮ ਫਿਰ ਥੱਲੇ ਠੰਡਾ। ਸੋ ਇਸ ਤਰ੍ਹਾਂ ਹੋਣ ਨਾਲ ਕੀ ਹੁੰਦਾ ਹੈ ਤੁਹਾਡੀ ਬਾਡੀ ਵਿੱਚ ਖੂਨ ਦਾ ਜਿਹੜਾ ਦੌਰਾ ਹੈਗਾ ਬਲੱਡ ਸਰਕੂਲੇਸ਼ਨ ਵੱਧ ਜਾਂਦਾ ਹੈ। ਯਾਨੀ ਕਿ ਡਾਇਟ ਜਿਹੜੀ ਤੁਸੀਂ ਡਾਇਟ ਹੈ ਉਹ ਦਵਾਈ ਦੇ ਨਾਲ ਨਾਲ ਹੀ ਦੱਸੀ ਹੈ ਵੀ ਜੇ ਡਾਕਟਰ ਨੇ ਤੁਹਾਨੂੰ ਦਵਾਈ ਵੀ ਲਾਈ ਹੋਈ ਹੈ ਤੁਸੀਂ ਉਹ ਵੀ ਲਈ ਜਾਓ ਤੇ ਡਾਇਟ ਵੀ ਲਈ ਜਾਓ। ਤੁਸੀਂ ਡਾਕਟਰ ਸਾਹਿਬ ਤੁਸੀਂ ਕੋਈ ਇਹੋ ਜਿਹੀ ਥੈਰੇਪੀ ਜਾਂ ਫਿਰ ਕੋਈ ਐਕਸਰਸਾਈਜ਼ ਹੈ ਜਿਹੜੀ ਉਹ ਕੋਈ ਰਿਕਮੈਂਡ ਕਰਦੇ ਹੋ ਕਿ ਡਾਇਟ ਦੇ ਨਾਲ ਨਾਲ ਤੁਸੀਂ ਕੋਈ ਥੈਰੇਪੀ ਵੀ ਲੈ ਸਕਦੇ ਹੋ, ਤੁਸੀਂ ਕੋਈ ਐਕਸਰਸਾਈਜ਼ ਵਗੈਰਾ ਵੀ ਵਰਜਿਸ਼ ਵੀ ਕਰ ਸਕਦੇ ਹੋ? ਡਾਕਟਰ ਸਾਹਿਬ ਜੇ ਬੰਦਾ ਇਹ ਥੈਰੇਪੀ ਵੀ ਲੈਂਦਾ ਹੈ ਤੇ ਡਾਇਟ ਵੀ ਤੁਹਾਡੀ ਫੋਲੋ ਕਰਦਾ ਹੈ ਤਾਂ ਕੀ ਉਹਨੂੰ ਦਵਾਈ ਲੈਣ ਦੀ ਲੋੜ ਹੈਗੀ? ਉਹਨੂੰ ਡਾਕਟਰ ਦੇ ਸੰਪਰਕ ਦੇ ਵਿੱਚ ਰਹਿਣ ਦੀ ਲੋੜ ਹੈ? ਸਿੱਧਾ ਸਿੱਧਾ ਸਵਾਲ ਜੇ ਮੈਂ ਪੁੱਛਾਂ, ਥਾਇਰਾਇਡ ਦਾ ਜੇ ਅਸੀਂ ਸਮੇਂ ਸਿਰ ਇਲਾਜ ਨਹੀਂ ਕਰਦੇ ਤਾਂ ਇਸ ਤੋਂ ਬਾਅਦ ਸਰੀਰ ਹੋਰ ਕਿਹੜੀ ਬਿਮਾਰੀ ਦੀ ਜਕੜ ਦੇ ਵਿੱਚ ਆ ਜਾਂਦਾ? ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਬਹੁਤ ਹੀ ਖਾਸ ਹਫਤਾਵਰੀ ਪ੍ਰੋਗਰਾਮ ਭੋਜਨ ਹੀ ਬਿਮਾਰੀ ਭੋਜਨ ਹੀ ਇਲਾਜ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਜਿਹੜੀਆਂ ਇਨਸਾਨ ਨੂੰ ਚਿੰਬੜੀਆਂ ਹੋਈਆਂ ਵੱਖ ਵੱਖ ਬਿਮਾਰੀਆਂ ਨੇ ਜਾਂ ਫਿਰ ਬਿਮਾਰੀਆਂ ਜਿਹੜੀਆਂ ਲੱਗਣ ਵਾਲੀਆਂ ਨੇ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਉਹਨਾਂ ਨੂੰ ਦੇਸੀ ਇਲਾਜ ਦੇ ਨਾਲ ਕਿਵੇਂ ਠੀਕ ਕੀਤਾ ਜਾ ਸਕਦਾ ਹੈ, ਆਪਣੇ ਘਰ ਦੀ ਰਸੋਈ ਦੇ ਵਿੱਚੋਂ ਪਦਾਰਥ ਖਾ ਕੇ ਕਿਵੇਂ ਠੀਕ ਕੀਤਾ ਜਾ ਸਕਦਾ ਹੈ, ਦਵਾਈਆਂ ਤੋਂ ਬਿਨਾਂ ਅਸੀਂ ਕਿਵੇਂ ਤੰਦਰੁਸਤ ਹੋ ਸਕਦੇ ਹਾਂ, ਇਹ ਸਾਡੇ ਪ੍ਰੋਗਰਾਮ ਦਾ ਮਕਸਦ ਹੈ। ਸਾਡੇ ਇਸ ਪ੍ਰੋਗਰਾਮ ਦੇ ਖਾਸ ਮਹਿਮਾਨ ਡਾਕਟਰ ਕਮਲਪ੍ਰੀਤ ਸਿੰਘ ਹਰ ਵਾਰ ਸਾਡੇ ਨਾਲ ਕੈਨੇਡਾ ਤੋਂ ਖਾਸ ਤੌਰ ਤੇ ਜੁੜਦੇ ਨੇ। ਸਮੇਂ ਦਾ ਬਹੁਤ ਹੀ ਫਰਕ ਹੁੰਦਾ ਪਰ ਫਿਰ ਵੀ ਉਹ ਸਾਡੇ ਲਈ ਖਾਸ ਤੌਰ ਤੇ ਸਮਾਂ ਕੱਢਦੇ ਨੇ, ਸਾਡੇ ਨਾਲ ਜੁੜ ਚੁੱਕੇ ਨੇ। ਉਹ ਉੱਥੋਂ ਦੇ ਕੈਨੇਡਾ ਦੇ ਇੱਕ ਪ੍ਰਮਾਣਿਤ ਨਿਊਟ੍ਰੀਸ਼ਨਿਸਟ ਨੇ ਤੇ ਸਾਨੂੰ ਉਹੀ ਇਸ ਪ੍ਰੋਗਰਾਮ ਦੇ ਵਿੱਚ ਖਾਸ ਜਾਣਕਾਰੀ ਦਿੰਦੇ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਦੇ ਵਿੱਚ, ਕੀ ਹਾਲ ਨੇ ਤੁਹਾਡੇ? ਮੈਂ ਠੀਕ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਡਾਕਟਰ ਸਾਹਿਬ ਆਪਾਂ ਪਹਿਲਾਂ ਡਿਸਕਸ ਕਰ ਹੀ ਚੁੱਕੇ ਹਾਂ ਕਿ ਅੱਜ ਆਪਾਂ ਬਹੁਤ ਹੀ ਖਾਸ ਤੇ ਕਾਮਨ ਜਿਹੜੀ ਬਿਮਾਰੀ ਹੈ, ਡਿਜ਼ੀਜ਼ ਹੈ, ਜਿਸ ਦੀ ਤਕਰੀਬਨ ਹਰ ਘਰ ਦੇ ਵਿੱਚ ਸਮੱਸਿਆ ਹੁੰਦੀ ਹੈ, ਉਸ ਦੇ ਬਾਰੇ ਆਪਾਂ ਗੱਲ ਕਰਾਂਗੇ, ਜਿਸ ਦਾ ਨਾਮ ਹੈ ਥਾਇਰਾਇਡ। ਥਾਇਰਾਇਡ ਜਿਹੜਾ ਹੈਗਾ ਉਹ ਕਿੰਨੇ ਤਰ੍ਹਾਂ ਦਾ ਹੁੰਦਾ ਹੈ, ਇਸਨੂੰ ਕਿਵੇਂ ਘਰ ਦੇ ਵਿੱਚ ਹੀ ਆਪਾਂ ਕਿਓਰ ਕਰ ਸਕਦੇ ਹਾਂ? ਜਿਵੇਂ ਆਪਾਂ ਡਾਇਬਟੀਜ਼ ਦੀ ਗੱਲ ਕੀਤੀ ਸੀ ਉਸ ਪ੍ਰੋਗਰਾਮ ਨੂੰ, ਸਾਡੇ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਪਿਛਲੀ ਵਾਰੀ, ਆਪਾਂ ਬੁਖਾਰ ਦੀਆਂ ਕਿਸਮਾਂ ਤੇ ਬੁਖਾਰ ਕੋਈ ਬਿਮਾਰੀ ਨਹੀਂ ਹੈ, ਉਸਨੂੰ ਘਰ ਦੇ ਵਿੱਚ ਠੀਕ ਕੀਤਾ ਜਾ ਸਕਦਾ ਹੈ, ਉਹਨੂੰ ਵੀ ਦਰਸ਼ਕ ਬਹੁਤ ਪਸੰਦ ਕਰ ਰਹੇ ਨੇ। ਔਰ ਤੁਹਾਡੀਆਂ ਦੱਸੀਆਂ ਜਿਹੜੀਆਂ ਘਰੇਲੂ ਦਵਾਈਆਂ ਨੇ, ਦਵਾਈਆਂ ਨਾ ਵੀ ਕਹੀਏ ਜਾਂ ਘਰੇਲੂ ਇਲਾਜ ਨੇ, ਉਹ ਕਾਰਗਰ ਵੀ ਸਾਬਿਤ ਹੋ ਰਹੇ ਨੇ। ਸੋ ਸਭ ਤੋਂ ਪਹਿਲਾਂ ਥਾਇਰਾਇਡ ਕੀ ਹੈ, ਕਿਉਂਕਿ ਇਹਦੀਆਂ ਕਈ ਕਿਸਮਾਂ ਵੀ ਮੰਨੀਆਂ ਜਾਂਦੀਆਂ ਨੇ, ਕੀ ਇਹ ਇੱਕ ਬਿਮਾਰੀ ਹੈ? ਹਾਂਜੀ, ਸੋ ਥਾਇਰੋਇਡ ਇੱਕ ਬਿਮਾਰੀ ਨਹੀਂ ਹੈ, ਸਾਡੇ ਗਲੇ ਵਿੱਚ ਇੱਕ ਗਲੈਂਡ ਹੈ ਉਹਨੂੰ ਥਾਇਰੋਇਡ ਕਿਹਾ ਜਾਂਦਾ ਹੈ। ਜਿਵੇਂ ਹੁਣ ਡਾਇਬਟੀਜ਼ ਦੇ ਪੇਸ਼ੈਂਟਸ ਨੂੰ ਪਤਾ ਹੈ ਕਿ ਗਲੈਂਡ ਹੈ ਪੈਨਕ੍ਰੀਆ, ਜਿਹਦਾ ਕੰਮ ਹੈ ਇਨਸੁਲਿਨ ਨਾਮ ਦੇ ਹਾਰਮੋਨ ਨੂੰ ਬਣਾਉਣਾ। ਇਨਸੁਲਿਨ ਨਾਮ ਦਾ ਹਾਰਮੋਨ ਪੈਨਕ੍ਰੀਆਸ ਤੋਂ ਬਣਦਾ ਹੈ ਤੇ ਇਹ ਸਾਡੀ ਬਾਡੀ ਵਿੱਚ ਸ਼ੂਗਰ ਨੂੰ ਯੂਟੀਲਾਈਜ਼ ਕਰਨ ਵਿੱਚ, ਟਰਾਂਸਪੋਰਟ ਕਰਨ ਵਿੱਚ ਹੈਲਪ ਕਰਦਾ ਹੈ। ਇਸੇ ਤਰ੍ਹਾਂ ਸਾਡੀ ਬਾਡੀ ਵਿੱਚ ਇੱਕ ਹੋਰ ਵੀ ਗਲੈਂਡ ਹੈ ਜਿਸਦਾ ਨਾਮ ਹੈ ਥਾਇਰੋਇਡ ਗਲੈਂਡ।
ਇਸ ਥਾਇਰਾਇਡ ਗਲੈਂਡ ਦਾ ਕੰਮ ਹੈਗਾ ਥਾਇਰਾਇਡ ਦੇ ਹਾਰਮੋਨਸ ਬਣਾਉਣਾ, ਜਿਵੇਂ T3, T4, TSH ਆਪਾਂ ਸੁਣਿਆ ਹੈ ਇਹ ਚੀਜ਼ਾਂ। ਇਹਨਾਂ ਦਾ ਕੰਮ ਹੁੰਦਾ ਹੈ ਕਿ ਜੀ ਸਾਡੀ ਬਾਡੀ ਵਿੱਚ ਗਰੋਥ ਨੂੰ, ਮੈਟਾਬੋਲਾਈਜੇਸ਼ਨ ਨੂੰ, ਟੈਂਪਰੇਚਰ ਨੂੰ ਅਤੇ ਕਾਫੀ ਸਾਰੀ ਚੀਜ਼ਾਂ ਨੂੰ ਰੈਗੂਲਰਾਈਜ਼ ਕਰਨਾ, ਮੇਨਟੇਨ ਕਰਨਾ, ਬੈਲੈਂਸ ਬਣਾ ਕੇ ਰੱਖਣਾ। ਸੋ ਅਗਰ ਹੁੰਦਾ ਕੀ ਹੈ, ਅਗਰ ਠੀਕ ਹੈ ਥਾਇਰਾਇਡ ਦੇ ਜਿਹੜਾ ਹਾਰਮੋਨ ਹੈ ਉਹਦੇ ਵਿੱਚ ਇਮਬੈਲੈਂਸ ਹੋ ਜਾਏ, ਯਾਨੀ ਜਿੰਨੀ ਰੇਂਜ ਵਿੱਚ ਬਣਨਾ ਚਾਹੀਦਾ ਹੈ ਉਸ ਤੋਂ ਬਹੁਤ ਵਾਧੂ ਬਣਨ ਲੱਗ ਪਵੇ ਜਾਂ ਘੱਟ ਬਣਨ ਲੱਗ ਪਵੇ, ਤੇ ਉਹਦੇ ਕਰਕੇ ਸਰੀਰ ਵਿੱਚ ਕੁਝ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਨੇ। ਜਿਹੜਾ ਪੇਸ਼ੈਂਟ ਹੈ ਉਹ ਅਚਾਨਕ ਤੋਂ ਉਹਦਾ ਵੇਟ ਜਿਹੜਾ ਹੈ, ਵਜ਼ਨ ਅਚਾਨਕ ਤੋਂ ਵੱਧਦਾ ਜਾਂਦਾ ਹੈ, ਵੱਧਦਾ ਜਾਂਦਾ ਹੈ, ਜਾਂ ਫਿਰ ਅਚਾਨਕ ਤੋਂ ਘੱਟਦਾ ਜਾਂਦਾ ਹੈ, ਘੱਟਦਾ ਜਾਂਦਾ ਹੈ, ਜਾਂ ਅਚਾਨਕ ਤੋਂ ਬਹੁਤ ਥਕਾਨ ਜੀ ਲੱਗਣੀ ਸ਼ੁਰੂ ਹੋ ਜਾਂਦੀ ਹੈ, ਥੱਕਿਆ ਥੱਕਿਆ ਲੱਗਣਾ ਸ਼ੁਰੂ ਹੋ ਜਾਂਦਾ ਹੈ, ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ, ਹੇਅਰ ਫਾਲ ਬਹੁਤ ਜ਼ਿਆਦਾ ਹੋ ਜਾਂਦਾ ਹੈ, ਕਈ ਵਾਰੀ ਸਕਿਨ ਦੇ ਉੱਤੇ ਠੀਕ ਪਿੰਪਲਸ ਹੈ ਆ ਜਾਂਦੇ ਨੇ, ਬਹੁਤ ਜ਼ਿਆਦਾ ਐਕਨੀ ਹੋ ਜਾਂਦਾ ਹੈ, ਔਰ ਕਈ ਵਾਰੀ ਫਿਰ ਜੀ ਮੈਨਸਟਰੁਅਲ ਪ੍ਰੋਬਲਮਸ ਵੀ ਆ ਸਕਦੀਆਂ ਨੇ, PCOD ਦੀ ਪ੍ਰੋਬਲਮ ਵੀ ਆ ਸਕਦੀਆਂ ਨੇ ਅਗਰ ਬਾਡੀ ਵਿੱਚ ਹਾਰਮੋਨਲ ਇੰਬੈਲੈਂਸ ਹੋਣਾ ਸ਼ੁਰੂ ਹੋ ਜਾਏ। ਸੋ ਇੱਥੇ ਥਾਇਰੋਇਡ ਦਾ ਜਿਹੜਾ ਹੈ ਫੰਕਸ਼ਨ ਹੁੰਦਾ ਹੈ। ਜੀ, ਯਾਨੀ ਕਿ ਥਾਇਰਾਇਡ ਹੈ ਜਿਹੜਾ ਉਹਦੇ ਵਿੱਚ ਡਾਕਟਰ ਸਾਹਿਬ ਦੇਖਣ ਨੂੰ ਆਉਂਦਾ, ਕਈ ਲੋਕ ਕਹਿੰਦੇ ਹੁੰਦੇ ਨੇ ਕਿ ਉਹਨਾਂ ਦਾ ਗਲਾ ਵੀ ਵੱਡਾ ਦੇਖਣ ਲੱਗ ਜਾਂਦਾ, ਜਿਵੇਂ ਤੁਸੀਂ ਕਿਹਾ ਕਿ ਬਹੁਤ ਕੋਈ ਪਤਲੇ ਹੋ ਜਾਂਦੇ ਨੇ, ਕੋਈ ਮੋਟੇ ਹੋ ਜਾਂਦੇ ਨੇ। ਸੋ ਡਿਫਰੈਂਟ ਜਿਹੜੀਆਂ ਇਹਦੀਆਂ ਵੱਖ ਵੱਖ ਕਿਸਮਾਂ ਵੀ ਹੁੰਦੀਆਂ ਨੇ ਥਾਇਰਾਇਡ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਉਹ ਆਮ ਤੌਰ ਤੇ ਦੋ ਤਰ੍ਹਾਂ ਦਾ ਆਪਾਂ ਸੁਣਦੇ ਹਾਂ ਕਿ ਦੋ ਤਰ੍ਹਾਂ ਦਾ ਹੁੰਦਾ ਹੈ। ਹਾਂਜੀ, ਸੋ ਥਾਇਰਾਇਡ ਦੀ ਕਿਸਮਾਂ ਹੁੰਦੀਆਂ ਨੇ, ਜਿਹੜਾ ਮੇਨਲੀ ਦੋ ਕਿਸਮਾਂ ਡਿਸਕਸ ਕੀਤੀ ਜਾਂਦੀ ਹੈ, ਦੈਟ ਇਜ਼ ਹਾਈਪੋਥਾਇਰਾਇਡ ਤੇ ਇੱਕ ਹਾਈਪਰਥਾਇਰਾਇਡ। ਹਾਈਪਰ ਦਾ ਮਤਲਬ ਹੁੰਦਾ ਹੈ, ਹਾਈਪਰ ਮਤਲਬ ਵਾਧੂ ਹੋ ਜਾਣਾ ਕੋਈ ਚੀਜ਼, ਤੋਂ ਥਾਈਰੋਇਡ ਅਗਰ ਬਹੁਤ ਵਾਧੂ ਬਣਨਾ ਸ਼ੁਰੂ ਹੋ ਜਾਏ ਤੇ ਉਹਨੂੰ ਕਹਿੰਦੇ ਆ ਹਾਈਪਰ ਥਾਈਰੋਇਡ। ਉਹਦੇ ਵਿੱਚ ਕੀ ਹੁੰਦਾ ਹੈ, T3 ਔਰ T4 ਜਿਹੜੀਆਂ ਹੁੰਦੀਆਂ ਨੇ ਉਹ ਵਧੇ ਹੋਏ ਹੁੰਦੇ ਨੇ, ਤੇ TSH ਯਾਨੀ ਥਾਈਰੋਇਡ ਸਟਿਮੂਲੇਟਿੰਗ ਹਾਰਮੋਨ ਜਿਹੜਾ ਹੈ ਉਹ ਘਟਿਆ ਹੁੰਦਾ ਹੈ। ਔਰ ਇਸੇ ਤਰ੍ਹਾਂ ਹਾਈਪੋਥਾਈਰੋਇਡ ਦੀ ਗੱਲ ਕਰੀਏ ਤੇ ਹਾਈਪੋਥਾਈਰੋਇਡ ਵਿੱਚ T3 ਔਰ T4 ਘਟੇ ਹੁੰਦੇ ਨੇ ਤੇ TSH ਬਹੁਤ ਜ਼ਿਆਦਾ ਵਧੀਆ ਹੁੰਦਾ ਹੈ, ਯਾਨੀ 10 ਤੋਂ ਉੱਤੇ ਹੋ ਜਾਂਦਾ ਹੈ, ਤੇ ਉਹਨੂੰ ਫਿਰ ਹਾਈਪੋਥਾਈਰੋਇਡ ਕਹਿ ਦਿੱਤਾ ਜਾਂਦਾ ਹੈ। ਸੋ ਦੋਨਾਂ ਦੇ ਵੱਖਰੇ ਵੱਖਰੇ ਲੱਛਣ ਹੁੰਦੇ ਨੇ। ਹਾਈਪੋਥਾਈਰੋਇਡ ਵਿੱਚ ਜ਼ਿਆਦਾਤਰ ਵਜ਼ਨ ਬਹੁਤ ਵਧਣਾ ਸ਼ੁਰੂ ਹੋ ਜਾਂਦਾ ਹੈ ਔਰ ਹਾਈਪਰਥਾਈਰੋਇਡ ਵਿੱਚ ਵਜ਼ਨ ਘਟਣਾ ਸ਼ੁਰੂ ਹੋ ਜਾਂਦਾ ਹੈ, ਪਰ ਇਹ ਜ਼ਰੂਰੀ ਨਹੀਂ ਹੈ ਇਸੇ ਜੀ ਤਰ੍ਹਾਂ ਹੋਏ, ਤੇ ਅਦਰ ਡਿਫਰੈਂਟ ਲੱਛਣ ਵੀ ਹੋ ਸਕਦੇ ਨੇ। ਜੀ ਜੀ ਯਾਨੀ ਕਿ ਮਤਲਬ ਸਾਨੂੰ ਜਿਵੇਂ ਤੁਸੀਂ ਦੱਸਿਆ ਡਾਕਟਰ ਸਾਹਿਬ, ਇਹਦੇ ਲੱਛਣ ਦੱਸੇ ਨੇ ਕਿ ਕਈ ਵਾਰੀ ਇਨਸਾਨ ਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ, ਕਈ ਵਾਰੀ ਘਟਣਾ ਸ਼ੁਰੂ ਹੋ ਜਾਂਦਾ ਹੈ, ਤਾਂ ਇਹਦਾ ਕੋਈ ਇਹੋ ਜਿਹਾ ਲੱਛਣ ਹੈਗਾ ਜਿਹਤੋਂ ਇਨਸਾਨ ਨੂੰ ਪਤਾ ਲੱਗੇ ਕਿ ਉਹਨੂੰ ਥਾਇਰਾਇਡ ਇੰਬੈਲੈਂਸ ਹੋ ਰਿਹਾ, ਅਸੰਤੁਲਨ ਹੋ ਰਿਹਾ? ਕਈ ਵਾਰੀ ਆਪਾਂ ਨੂੰ ਆਪਾਂ ਸਮਝ ਵੀ ਨਹੀਂ ਪਾਉਂਦੇ ਕਿ ਸਾਨੂੰ ਥਾਇਰਾਇਡ ਦੀ ਬਿਮਾਰੀ ਹੈ, ਕਿਹੜੇ ਕਿਹੜੇ ਇਹੋ ਜਿਹੇ ਮੁੱਖ ਲੱਛਣ ਨੇ ਜਦੋਂ ਸਾਨੂੰ ਚੈੱਕ ਕਰਾਉਣ ਦੇ ਲਈ ਜਾਣਾ ਚਾਹੀਦਾ ਇਨਸਾਨ ਨੂੰ? ਹਾਂਜੀ, ਅਗਰ ਇਹ 4-5 ਵਿੱਚੋਂ ਕੋਈ ਵੀ 3-4 ਲੱਛਣ ਹੋਣੇ ਸ਼ੁਰੂ ਹੋ ਜਾਣ ਤੇ ਸਾਨੂੰ ਥਾਇਰਾਇਡ ਲੈਵਲ ਚੈੱਕ ਕਰਾ ਲੈਣਾ ਚਾਹੀਦਾ ਹੈ। ਇੱਕ ਤਾਂ ਵੇਟ ਅਚਾਨਕ ਤੋਂ ਕਾਫੀ ਜ਼ਿਆਦਾ ਵੱਧ ਜਾਵੇ ਜਾਂ ਫਿਰ ਕਾਫੀ ਜ਼ਿਆਦਾ ਘੱਟ ਜਾਵੇ। ਦੂਜਾ ਲੱਛਣ ਹੈਗਾ ਕਿ ਗਲੇ ਵਿੱਚ ਸਵੈਲਿੰਗ ਹੋਣੀ ਲੱਗ ਜਾਵੇ। ਤੀਜਾ ਲੱਛਣ ਹੈਗਾ ਕਿ ਪਿੰਪਲਸ ਫੇਸ ਤੇ ਬਹੁਤ ਜ਼ਿਆਦਾ ਹੋਣੇ ਸ਼ੁਰੂ ਹੋ ਜਾਣ। ਚੌਥਾ ਲੱਛਣ ਹੈ ਕਿ ਬਹੁਤ ਜ਼ਿਆਦਾ ਹੇਅਰ ਫਾਲ ਹੋਣਾ ਸ਼ੁਰੂ ਹੋ ਜਾਵੇ। ਪੰਜਵਾਂ ਲੱਛਣ ਹੈ ਕਿ ਮੈਂਸਟਰੁਅਲ ਜੋ ਪ੍ਰੋਬਲਮਸ ਨੇ, ਯਾਨੀ ਕਿ ਜਿਹੜੇ ਪੀਰੀਅਡਸ ਨੇ ਇਰੈਗੂਲਰ ਹੋ ਜਾਣ, ਸਾਈਕਲਸ ਚੇਂਜ ਹੋ ਜਾਣ, ਤੇ ਉਹਦੇ ਵਾਸਤੇ ਵੀ ਫਿਰ ਚੈੱਕ ਕਰਾ ਲੈਣਾ ਚਾਹੀਦਾ। ਜੀ ਜੀ ਫਿਰ ਡਾਕਟਰ ਸਾਹਿਬ ਉਸ ਤੋਂ ਬਾਅਦ ਹੁੰਦਾ ਕਿ ਜੇ ਤੁਸੀਂ ਚੈੱਕ ਕਰਵਾ ਲੈਂਦੇ ਹੋ ਤੇ ਜੇ ਕਨਫਰਮ ਹੋ ਜਾਂਦਾ ਹੈ ਕਿ ਇਹਦੀ ਮਤਲਬ ਇੱਕ ਪੁਸ਼ਟੀ ਹੋ ਜਾਂਦੀ ਹੈ ਕਿ ਤੁਸੀਂ ਥਾਇਰਾਇਡ ਦੀ ਜਿਹੜੀ ਇੱਕ ਡਿਸੀਜ਼, ਤੁਸੀਂ ਦੱਸਿਆ ਕਿ ਡਿਸੀਜ਼ ਨਹੀਂ ਹੈ, ਇਹ ਆਪਣੇ ਗਲੇ ਦੇ ਅੰਦਰ ਹੀ ਇੱਕ ਗਲੈਂਡ ਹੁੰਦੀ ਹੈ, ਉਸ ਦੇ ਵਿੱਚ ਇੱਕ ਇੰਬੈਲੈਂਸ ਕ੍ਰੀਏਟ ਹੋ ਜਾਂਦਾ, ਤੇ ਫਿਰ ਸਾਨੂੰ ਅੱਗੇ ਫਿਰ ਦੱਸ ਦਿੱਤਾ ਜਾਂਦਾ ਕਿ ਤੁਸੀਂ ਇਹਦੀਆਂ ਇਹ ਦਵਾਈਆਂ ਲੈਣੀਆਂ ਨੇ। ਉਸ ਤੋਂ ਬਾਅਦ ਫਿਰ ਇਨਸਾਨ ਨੂੰ ਕੀ ਕਰਨਾ ਚਾਹੀਦਾ ਜੇ ਆਪਾਂ ਇਹ ਤੇ ਆ ਜਾਈਏ? ਹਾਂ, ਸੋ ਦੇਖੀਏ, ਅਗਰ ਐਲੋਪੈਥੀ ਦੀ ਗੱਲ ਕਰੀਏ, ਅਗਰ ਤੁਸੀਂ ਡਾਕਟਰ ਕੋਲ ਜਾਓਗੇ, ਤੁਹਾਡਾ ਜਿਹੜਾ ਥਾਈਰੋਇਡ ਲੈਵਲ ਹੈ ਅਗਰ ਉਹ ਬਹੁਤ ਘਟਿਆ ਹੋਏਗਾ ਜਾਂ ਬਹੁਤ ਵਧਿਆ ਹੋਏਗਾ, ਤਾਂ ਤੁਹਾਨੂੰ ਥਾਈਰੋਇਡ ਦੀ ਗੋਲੀ ਦੇ ਦਿੱਤੀ ਜਾਏਗੀ। ਜੋ ਮੇਨਲੀ ਗੋਲੀਆਂ ਚੱਲਦੀਆਂ ਨੇ ਉਹਨਾਂ ਦਾ ਨਾਮ ਹੈ ਥਾਈਰੋ ਨੋਰਮ ਹੁੰਦਾ ਹੈ, ਇੱਕ ਥਾਈਰੋਕਸਿਨ ਹੁੰਦਾ ਹੈ। ਸੋ ਇਸ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਹੁੰਦੀਆਂ ਨੇ ਇਹ ਦੇ ਦਿੱਤੀ ਜਾਂਦੀਆਂ ਨੇ। ਪਰ ਯੂਜ਼ਲੀ ਹੁੰਦਾ ਕੀ ਹੈ, ਜਦ ਪੇਸ਼ੈਂਟ ਡਾਕਟਰ ਕੋਲ ਜਾਂਦਾ ਹੈ ਔਰ ਪੁੱਛਦਾ ਹੈ ਕਿ ਇਹ ਡਾਕਟਰ ਸਾਹਿਬ ਮੈਂ ਦਵਾਈ ਕਦ ਤੱਕ ਖਾਣੀ ਹੈ, ਤਾਂ ਡਾਕਟਰ ਕਹਿੰਦਾ ਹੈ ਕਿ ਇਹ ਤਾਂ ਬੇਟਾ ਖਾਣੀ ਹੀ ਹੈ, ਹੁਣ ਖਾਣੀ ਹੀ ਪਏਗੀ, ਮਤਲਬ ਇੱਕ ਤਰ੍ਹਾਂ ਨਾਲ, ਕਿਉਂਕਿ ਇਸ ਤੋਂ ਬਗੈਰ ਤੁਹਾਡਾ ਥਾਈਰੋਇਡ ਜਲਦੀ ਦਾ, ਹਾਂ, ਸਾਰੀ ਜ਼ਿੰਦਗੀ ਖਾਣੀ ਪਵੇਗੀ ਕਿਉਂਕਿ ਇਹਦੇ ਬਗੈਰ ਉਹਦਾ ਬੈਲੈਂਸ ਬਣੇਗਾ ਨਹੀਂ ਥਾਈਰੋਇਡ ਦਾ। ਸੋ ਜਿਹੜਾ ਬੰਦਾ ਹੁੰਦਾ ਹੈ ਉਹ ਐਕਸਪੈਕਟ ਕਰਦਾ ਹੈ ਕਿ ਚਲੋ ਮੈਂ ਕੁਛ ਟਾਈਮ 2 ਮਹੀਨੇ 3 ਮਹੀਨੇ ਗੋਲੀ ਖਾਵਾਂਗਾ, ਮੇਰਾ ਥਾਈਰੋਇਡ ਬੈਲੈਂਸ ਵਿੱਚ ਆ ਜਾਏਗਾ ਔਰ ਮੇਰੇ ਜਿਹੜੇ ਪ੍ਰੋਬਲਮਸ ਨੇ, ਪਿੰਪਲਸ ਨੇ, ਹੇਅਰ ਫੋਲ ਨੇ, ਇਹ ਚੀਜ਼ਾਂ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ। ਪਰ ਯੂਜ਼ਲੀ ਹੁੰਦਾ ਕੀ ਹੈ, ਪੇਸ਼ੈਂਟ ਦੇਖਦਾ ਹੈ ਕਿ ਜਿਵੇਂ ਉਹ ਦਵਾਈ ਲੈਣੀ ਸ਼ੁਰੂ ਕਰਦਾ, ਹੁਣ ਸਵੇਰੇ ਸਵੇਰੇ ਖਾਲੀ ਪੇਟ ਲੈ ਰਿਹਾ, ਫਿਰ ਉਸ ਤੋਂ ਬਾਅਦ ਅੱਧੇ ਘੰਟੇ ਤੱਕ ਕੁਛ ਖਾਣਾ ਨਹੀਂ, ਤੇ ਹੋਰ ਸਾਰੀ ਚੀਜ਼ਾਂ ਕਰਦਾ ਰਹਿੰਦਾ ਹੈ, ਲੇਕਿਨ ਉਹਦੀ ਪ੍ਰੋਬਲਮ ਕਦੀ ਸੋਲਵ ਨਹੀਂ ਹੁੰਦੀ। ਮਤਲਬ ਕਿ ਜਿਹੜੇ ਲੱਛਣ ਸੀਗੇ ਜਿਵੇਂ ਵਜ਼ਨ ਵਧਣਾ, ਘਟਣਾ ਜਾਂ ਹੇਅਰ ਫਾਲ, ਪਿੰਪਲਸ, ਉਹ ਜਿਹੜੇ ਲੱਛਣ ਨੇ ਨਾ ਉਹ ਅਜੇ ਵੀ ਚੱਲਦੇ ਰਹਿੰਦੇ ਨੇ, ਔਰ ਜਿਵੇਂ ਜਿਵੇਂ ਲਾਈਫ ਕੰਟੀਨਿਊ ਹੁੰਦੀ ਰਹਿੰਦੀ ਹੈ, ਤੇ ਜਦ ਤੱਕ ਆਪਾਂ ਜੜ ਦੀ ਜਿਸ ਪ੍ਰੋਬਲਮ ਕਰਕੇ ਪ੍ਰੋਬਲਮ ਬਣੀ ਸੀਗੀ ਉਸ ਤੇ ਕੰਮ ਨਹੀਂ ਕਰਦੇ, ਤੇ ਸਾਰੇ ਲੱਛਣ ਵਧਦੇ ਜਾਂਦੇ ਨੇ।
ਹੋਣਾ ਸ਼ੁਰੂ ਹੋ ਜਾਂਦਾ ਹੈ। ਕਿਉਂ? ਕਿਉਂਕਿ ਅਗਰ ਅਚਾਨਕ ਤੋਂ ਵਜਨ ਬਹੁਤ ਜ਼ਿਆਦਾ ਵੱਧ ਜਾਵੇ ਤੇ ਆਫਿਸ ਵਿੱਚ ਜਾਣਾ ਹੈ, ਘਰ ਦੇ ਰਿਲੇਟਿਵਸ ਕੋਲ ਜਾਣਾ ਹੈ, ਤੇ ਉੱਥੇ ਫਿਰ ਉਹਨੂੰ ਸੁਣਨ ਨੂੰ ਮਿਲਦਾ ਹੈ ਕਿ ਬਈ ਤੇਰਾ ਤਾਂ ਅਚਾਨਕ ਤੋਂ ਵਜਨ ਵੱਧ ਗਿਆ, ਤੇ ਬੰਦੇ ਨੂੰ ਅੰਦਰੋਂ ਫਿਰ ਬੁਰਾ ਮੋਟਾ ਫੀਲ ਹੁੰਦਾ ਬੰਦਾ। ਹੈਗਾ। ਹਾਂ, ਜੀ ਪਰ ਉਹ ਸੋਚਦਾ ਹੈ ਕਿ ਮੈਂ ਦਵਾਈ ਵੀ ਲੈ ਰਿਹਾ ਫਿਰ ਮੈਨੂੰ ਫਰਕ ਕਿਉਂ ਨਹੀਂ ਪੈ ਰਿਹਾ, ਕਿਉਂਕਿ ਗੱਲ ਇਹ ਹੈ ਕਿ ਜਿਹੜੀ ਉਹ ਦਵਾਈ ਤੁਸੀਂ ਲੈ ਰਹੇ ਹੋ ਉਹ ਦਵਾਈ ਤੁਹਾਡੀ ਪਰੇਸ਼ਾਨੀ ਦੇ ਜੜ ਕਾਰਨ ਦਾ ਇਲਾਜ ਨਹੀਂ ਕਰਦੀ, ਉਹ ਸਿਰਫ ਥਾਈਰੋਇਡ ਦਾ ਅੱਛਾ ਜਿਹੜਾ ਵਧਣਾ ਜਾਂ ਘਟਣਾ ਹੈਗਾ ਉਹਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦੀ ਹੈ, ਔਰ ਉਹ ਨੈਚੁਰਲ ਪ੍ਰੋਸੈਸ ਨਹੀਂ ਹੁੰਦਾ। ਸੋ ਜੇ ਅਸੀਂ ਸਿਰਫ ਉਹਨੂੰ ਜੀ ਸਪਲੀਮੈਂਟ ਕਰੀ ਜਾਈਏ ਤੇ ਉਹਦੇ ਨਾਲ ਸਾਡੀ ਜੜ ਪ੍ਰੋਬਲਮ ਦੀ ਜੀ ਹੈ ਨਾ ਉਹ ਸੋਲਵ ਨਹੀਂ ਹੁੰਦੀ। ਯਾਨੀ ਕਿ ਜਿਹੜੀ ਤਕਲੀਫ ਹੈ ਉਹ ਘਟ ਜਾਂਦੀ ਹੈ, ਪਰ ਜੜ ਹੈ ਜਿਹੜੀ ਉਹਨੂੰ ਤੁਸੀਂ ਵਿੱਚੋਂ ਕੱਢ ਨਹੀਂ ਸਕਦੀ ਹੋ ਦਵਾਈ। ਤੇ ਇਹਦਾ ਕੋਈ ਹੋਰ ਵੀ ਸਾਈਡ ਇਫੈਕਟ ਵੀ ਹੁੰਦਾ ਹੈ? ਜਿਹੜੀ ਦਵਾਈ, ਜਿਹੜੀ ਐਲੋਪੈਥਿਕ ਟ੍ਰੀਟਮੈਂਟ ਆਪਾਂ ਨੂੰ ਦਿੱਤਾ ਜਾਂਦਾ ਹੈ ਡਾਕਟਰਾਂ ਦੇ ਵੱਲੋਂ, ਜਿਹੜੀ ਗੋਲੀ ਦਿੱਤੀ ਜਾਂਦੀ ਹੈ, ਜਿਹੜੀ ਕਹਿੰਦੇ ਨੇ ਕਿ ਸਾਰੀ ਜ਼ਿੰਦਗੀ ਖਾਣੀ ਪਊ ਹੁਣ ਤਾਂ? ਹਾਂ, ਦੇਖੋ ਕੋਈ ਵੀ ਜਿਹੜੀ ਦਵਾਈਆਂ ਨੇ ਜਿਹੜੀ ਸਿੰਥੈਟਿਕ ਲਈ ਪ੍ਰੋਡਿਊਸ ਕੀਤੀਆਂ ਜਾਂਦੀਆਂ ਨੇ ਉਹ ਬਾਡੀ ਵਾਸਤੇ ਇੱਕ ਫੋਰਨ ਸਬਸਟੈਂਸ ਹੁੰਦਾ, ਇੱਕ ਤਰ੍ਹਾਂ ਨਾਲ ਕਹ ਲਓ ਕੈਮੀਕਲ ਵੇਸ ਸਬਸਟੈਂਸ ਹੁੰਦਾ ਹੈ। ਸੋ ਜਦ ਇਹ ਬਾਡੀ ਵਿੱਚ ਜਾਂਦਾ ਹੈਗਾ ਤੇ ਕਿਉਂਕਿ ਇਹਦੇ ਵਿੱਚ ਸਿਰਫ ਥਾਈਰੋਇਡ ਦਾ ਹੀ ਹਾਰਮੋਨ ਦਾ ਸਪਲੀਮੈਂਟ ਹੈਗਾ ਉਹਨੂੰ ਘਟਾਉਣ ਜਾਂ ਵਧਾਉਣ ਵਾਸਤੇ, ਸੋ ਬਾਡੀ ਨੂੰ ਉਹ ਇੱਕ ਨੈਚੁਰਲ ਜਿਹੜਾ ਅੰਦਰ ਥਾਈਰੋਇਡ ਬਣਦਾ ਹੈਗਾ ਉਹਦੇ ਨਾਲ 100% ਮੈਚ ਕਰੇਗਾ ਕਿ ਨਹੀਂ ਕਰੇਗਾ, ਦੈਟ ਇਜ਼ ਨਾਟ ਸ਼ੋਰ। ਤੋ ਹੁੰਦਾ ਕੀ ਹੈ ਕਿ ਬਾਡੀ ਵਿੱਚ ਕੈਮੀਕਲ ਦਾ ਕੁਝ ਪਾਰਟ ਜਿਹੜਾ ਹੈਗਾ ਬਾਡੀ ਯੂਟੀਲਾਈਜ਼ ਕਰ ਲੈਂਦੀ ਹੈ ਔਰ ਕੁਝ ਪਾਰਟ ਜਿਹੜਾ ਹੈਗਾ ਉਹ ਵੇਸਟ ਬਣ ਕੇ ਅੰਦਰ ਰਹਿ ਜਾਂਦਾ ਹੈ ਤੇ ਉਹ ਵੀ ਅੱਗੇ ਬਿਮਾਰੀ ਵਿੱਚ ਕੰਟਰੀਬਿਊਟ ਕਰਦਾ ਹੈ। ਔਰ ਸਭ ਤੋਂ ਵੱਡੀ ਗੱਲ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਉਹ ਜੜ ਪ੍ਰੋਬਲਮ ਦੀ ਜੜ ਜਿਹੜੀ ਹੈ ਉਹ ਉਸ ਤੇ ਉਹਨੂੰ ਠੀਕ ਨਹੀਂ ਕਰਦਾ, ਤੋ ਐਜ਼ ਅ ਰਿਜ਼ਲਟ ਦਵਾਈ ਲੈਂਦੇ ਲੈਂਦੇ ਨਾਲ ਦੇ ਨਾਲ ਤੁਸੀਂ ਦੇਖੋਗੇ ਇੱਕ ਥਾਈਰੋਇਡ ਦਾ ਪੇਸ਼ੈਂਟ ਜਿਹੜਾ ਸੀਗਾ ਉਹ ਪੀਸੀਓਡੀ ਦਾ ਪੇਸ਼ੈਂਟ ਵੀ ਬਣ ਜਾਂਦਾ ਹੈ, ਮੋਟਾਪੇ ਦਾ ਵੀ ਪੇਸ਼ੈਂਟ ਬਣ ਜਾਂਦਾ ਹੈ, ਔਰ ਹੋ ਸਕਦਾ ਥੋੜੇ ਟਾਈਮ ਬਾਅਦ ਜੀ ਡਾਇਬੀਟੀਜ਼ ਕੋਲੇਸਟ੍ਰੋਲ ਦੀ ਵੀ ਪ੍ਰੋਬਲਮ ਸ਼ੁਰੂ ਹੋਣੀ ਸ਼ੁਰੂ ਹੋ ਜਾਵੇ। ਸੋ ਗੱਲ ਹੈ ਸਾਨੂੰ ਸਮਝਣਾ ਪਏਗਾ ਕਿ ਬਿਮਾਰੀ ਆ ਹੀ ਕਿਉਂ ਰਹੀ ਹੈ ਤੇ ਇਹਨੂੰ ਜੜ ਤੋਂ ਕਿਵੇਂ ਠੀਕ ਕਰਨਾ ਹੈ। ਜੀ ਜੀ ਬਿਲਕੁਲ। ਸੋ ਡਾਕਟਰ ਸਾਹਿਬ, ਤੁਸੀਂ ਸਵਾਲ ਅਗਲਾ ਜਿਹੜਾ ਉਹ ਆਪਣੇ ਆਪ ਹੀ ਕਰ ਦਿੱਤਾ ਕਿ ਇਹਨੂੰ ਜੜ ਤੋਂ ਕਿਵੇਂ ਠੀਕ ਕਰਨਾ ਹੈ। ਕੀ ਤੁਸੀਂ ਇਹਦਾ ਜਿਹੜਾ ਟ੍ਰੀਟਮੈਂਟ ਹੈ ਡਾਈਟ ਦੇ ਨਾਲ, ਜਿਹੜੀ ਆਪਾਂ ਆਪਣੇ ਪ੍ਰੋਗਰਾਮ ਦਾ ਮਕਸਦ ਹੁੰਦਾ ਹੈ ਕਿ ਆਪਾਂ ਖਾਣ ਪੀਣ ਦੇ ਵਿੱਚ ਅਜਿਹਾ ਕੀ ਬਦਲਾਅ ਕਰੀਏ ਜਿਹਦੇ ਨਾਲ ਸਾਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਜਾਵੇ, ਇਹਦੀ ਜੜ ਹੀ ਪੁੱਟੀ ਜਾਵੇ? ਹਾਂਜੀ। ਸੋ ਦੇਖੋ ਆਪਾਂ ਪਹਿਲਾਂ ਸਮਝੀਏ ਕਿ ਬਿਮਾਰੀ ਆ ਕਿਉਂ ਰਹੀ ਹੈ। ਬਿਮਾਰੀ ਕਿਉਂ ਆ ਰਹੀ ਹੈ? ਕਿਉਂਕਿ ਸਾਡੇ ਜਿਹੜੇ ਅੰਦਰ ਜਿਹੜੀ ਆਂਤੜੀਆਂ ਨੇ ਨਾ ਉਹਨਾਂ ਆਂਤੜੀਆਂ ਵਿੱਚ ਛੋਟੇ ਛੋਟੇ ਪ੍ਰੋਜੈਕਸ਼ਨਸ ਹੁੰਦੇ ਨੇ ਜਿਨ੍ਹਾਂ ਨੂੰ ਵਿਲਾਇ ਕਿਹਾ ਜਾਂਦਾ ਹੈ। ਵਿਲਾਏ ਇਹਨਾਂ ਵਿਲਾਏ ਦਾ ਕੰਮ ਹੁੰਦਾ ਹੈ ਜੋ ਵੀ ਚੀਜ਼ ਅਸੀਂ ਖਾ ਰਹੇ ਹਾਂ, ਜੋ ਵੀ ਸਾਡੀ ਬੋਡੀ ਵਿੱਚ ਜਾ ਰਹੀ ਹੈ ਉਹਦੇ ਵਿੱਚੋਂ ਨਿਊਟ੍ਰੀਸ਼ਨ ਨੂੰ, ਉਹਦੇ ਵਿੱਚੋਂ ਜੋ ਵੀ ਸਮਾਨ ਆ ਰਿਹਾ ਹੈ ਉਹਨੂੰ ਅਬਜ਼ੋਰਬ ਕਰਕੇ ਸਰੀਰ ਦੇ ਖੂਨ ਦੀ ਸਪਲਾਈ ਵਿੱਚ ਭੇਜਣਾ ਤਾਂ ਕਿ ਉਹ ਬੋਡੀ ਨੂੰ ਲੱਗੇ। ਹੁਣ ਹੁੰਦਾ ਕੀ ਹੈ, ਅੱਜ ਕੱਲ੍ਹ ਦਾ ਜਿਹੜਾ ਭੋਜਨ ਅਸੀਂ ਖਾ ਰਹੇ ਹਾਂ, ਜੋ ਆਪਾਂ ਫੂਡ ਖਾ ਰਹੇ ਹਾਂ, ਇੱਕ ਤਾਂ ਉਹ ਜੰਕ ਬਹੁਤ ਜ਼ਿਆਦਾ ਹੋ ਗਿਆ ਹੈ, ਉਹਦੇ ਵਿੱਚ ਰਿਫਾਈਨਡ ਚੀਜ਼ਾਂ ਬਹੁਤ ਜ਼ਿਆਦਾ ਆ ਗਈਆਂ ਨੇ, ਔਰ ਇਹ ਪ੍ਰੋਪਰਲੀ ਸਾਡੀ ਬੋਡੀ ਹਜ਼ਮ ਨਹੀਂ ਕਰ ਪਾਉਂਦੀ। ਜਦੋਂ ਪ੍ਰੋਪਰਲੀ ਹਜ਼ਮ ਨਹੀਂ ਹੁੰਦੀ ਤੇ ਉਹ ਗੰਦਗੀ ਬਣ ਕੇ ਸਾਡੇ ਆਂਤੜੀਆਂ ਵਿੱਚ ਚਿਪਕਣਾ ਸ਼ੁਰੂ ਹੋ ਜਾਂਦਾ ਹੈ। ਦੇਖੋ ਜਿਵੇਂ ਅੱਜ ਕੱਲ੍ਹ ਲੋਕੀ ਕਿੰਨੀ ਜ਼ਿਆਦਾ ਮੈਗੀ ਖਾਂਦੇ ਹੈ, ਹੈ ਨਾ, ਲੋਕੀ ਕਿੰਨੇ ਬਾਹਰ ਦਾ ਤਲਿਆ ਪੁਣੀਆਂ ਚੀਜ਼ਾਂ ਖਾਂਦੇ ਨੇ, ਗੋਲ ਗੱਪੇ, ਟਿੱਕੀਆਂ, ਚੌਮੀਨ, ਪਕੌੜੇ, ਔਰ ਮਤਲਬ ਕਿ ਬਹੁਤ ਸਾਰੀ ਦੁਨੀਆਂ ਦੀ ਚੀਜ਼ਾਂ ਚੱਲ ਪਈਆਂ ਨੇ, ਆਈਸਕ੍ਰੀਮਾਂ ਔਰ ਇਹ ਸਾਰੀ ਚੀਜ਼ਾਂ। ਸੋ ਇਹਨਾਂ ਵਿੱਚ ਕੁਛ ਤਾਂ ਰਿਫਾਇੰਡ ਸ਼ੂਗਰ ਬਹੁਤ ਜ਼ਿਆਦਾ ਹੁੰਦਾ ਹੈ, ਕੁਛ ਐਕਸਟਰਾ ਮਸਾਲੇ ਮਸੂਲੇ ਬਹੁਤ ਜ਼ਿਆਦਾ ਹੁੰਦੇ ਨੇ, ਔਰ ਜਿਹੜੇ ਰਿਫਾਇੰਡ ਤੇਲ ਨੇ, ਵੈਜੀਟੇਬਲ ਤੇਲ ਜਿਨ੍ਹਾਂ ਨੂੰ ਕਿਹਾ ਜਾਂਦਾ, ਐਕਚੁਅਲੀ ਉਹ ਸਬਜ਼ੀਆਂ ਦੇ ਹੁੰਦੇ ਵੀ ਨਹੀਂ ਹੈਗੇ, ਉਹ ਕੈਮੀਕਲ ਬੇਸਡ ਤੇਲ ਹੁੰਦੇ ਨੇ, ਉਹ ਬੋਡੀ ਵਿੱਚ ਜਾ ਕੇ ਪ੍ਰੋਪਰਲੀ ਹਜ਼ਮ ਨਹੀਂ ਹੁੰਦੇ ਔਰ ਅੰਦਰ ਜਾ ਕੇ ਆਂਤੜੀਆਂ ਨੂੰ ਚਿਪਕ ਜਾਂਦੇ ਨੇ। ਹੁੰਦਾ ਕੀ ਹੈ, ਜਦੋਂ ਆਂਤੜੀਆਂ ਵਿੱਚ ਚਿਪਕ ਜਾਂਦੇ ਨੇ ਉਹ ਗੰਦਗੀ ਸਾਡੇ ਵਿਲਾਈ ਅਬਜ਼ੋਰਬ ਕਰਦੇ ਨੇ, ਔਰ ਅਬਜ਼ੋਰਬ ਕਰਕੇ ਸਾਡੇ ਸਰੀਰ ਵਿੱਚ ਉਹ ਗੰਦਗੀ ਘੁੰਮਣੀ ਸ਼ੁਰੂ ਹੋ ਜਾਂਦੀ ਹੈ। ਹੁਣ ਹੁੰਦਾ ਕੀ ਹੈ, ਜਿਨ੍ਹਾਂ ਦੇ ਜੈਨੇਟਿਕ ਮੇਕਅਪ ਇਸ ਤਰ੍ਹਾਂ ਹੈ ਕਿ ਉਹ ਗੰਦਗੀ ਉਹਨਾਂ ਦੇ ਥਾਈਰੋਇਡ ਗਲੈਂਡ ਵਿੱਚ ਜਾ ਕੇ ਜਮ੍ਹਾਂ ਹੋ ਜਾਂਦੀ ਹੈ ਤੇ ਉਹਨਾਂ ਨੂੰ ਥਾਈਰੋਇਡ ਦਾ ਇਮਬੈਲੈਂਸ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਥਾਈਰੋਇਡ ਦੀ ਪ੍ਰੋਬਲਮ ਤੋਂ ਹਮੇਸ਼ਾ ਵਾਸਤੇ ਜੜ ਤੋਂ ਹੀ ਉਹਦਾ ਇਲਾਜ ਕਰ ਦਈਏ, ਸਾਨੂੰ ਆਪਣੇ ਖਾਣ ਪੀਣ ਨੂੰ ਸੁਧਾਰਨਾ ਪਏਗਾ ਔਰ ਆਪਣੇ ਆਂਤੜੀਆਂ ਵਿੱਚ ਜਮੀ ਹੋਈ ਗੰਦਗੀ ਨੂੰ ਸਾਫ਼ ਕਰਨਾ ਹੋਏਗਾ। ਜੇ ਸਾਡੀ ਆਂਤੜੀਆਂ ਵਿੱਚ ਜਮੀ ਹੋਈ ਗੰਦਗੀ ਸਾਫ਼ ਹੋ ਗਈ, ਸਾਡੇ ਥਾਈਰੋਇਡ ਦੇ ਵਿੱਚ ਜਿਹੜੀ ਇਨਫਲਾਮੇਸ਼ਨ ਹੈ, ਜਿਹੜਾ ਇਮਬੈਲੈਂਸ ਕ੍ਰੀਏਟ ਹੋ ਰਿਹਾ ਹੈ, ਉਹ ਧੀਰੇ ਧੀਰੇ ਆਪਣੇ ਆਪ ਹੀ ਠੀਕ ਹੋਣਾ ਸ਼ੁਰੂ ਹੋ ਜਾਏਗਾ ਔਰ ਤੁਸੀਂ ਦੇਖੋਗੇ ਤੁਹਾਡਾ ਵਜ਼ਨ ਨਾਰਮਲ ਹੋਣਾ ਸ਼ੁਰੂ ਹੋ ਜਾਏਗਾ, ਹੇਅਰ ਫਾਲ ਘਟਣਾ ਸ਼ੁਰੂ ਹੋ ਜਾਏਗਾ, ਤੁਹਾਡੀ ਸਕਿਨ ਸਾਫ਼ ਹੋਣੀ ਸ਼ੁਰੂ ਹੋ ਜਾਏਗੀ ਔਰ ਐਨਰਜੀ ਲੈਵਲ ਵੀ ਤੁਹਾਡੇ ਵਧਣੇ ਸ਼ੁਰੂ ਹੋ ਜਾਣਗੇ ਔਰ ਤੁਹਾਨੂੰ ਕੰਫੀਡੈਂਸ ਆ ਜਾਏਗਾ। ਸਭ ਤੋਂ ਵੱਡੀ ਗੱਲ ਇਹ ਹੈ। ਜੀ ਜੀ ਬਿਲਕੁਲ ਬਿਲਕੁਲ। ਸੋ ਸੋ ਡਾਕਟਰ ਸਾਹਿਬ, ਫਿਰ ਉਹ ਜਿਹੜਾ ਜਿਹੜਾ ਮਤਲਬ ਅੰਤੜੀਆਂ ਨੂੰ ਸਾਫ਼ ਕਰਨਾ ਹੈ, ਇਹ ਸਾਰੇ ਜਿਹੜੀ ਡਾਈਟ ਚੇਂਜ ਕਰਨੀ ਹੈ, ਇਹ ਕੀ ਹੈ, ਕੀ ਤਰੀਕਾ ਹੈ? ਕੀ ਤੁਸੀਂ ਸਾਡੇ ਦਰਸ਼ਕਾਂ ਨੂੰ ਸੁਝਾਉਂਦੇ ਹੋ ਕਿ ਜੇ ਤੁਹਾਨੂੰ ਥਾਇਰਾਇਡ ਦੋਨਾਂ ਦੇ ਵਿੱਚੋਂ, ਦੋਨੋਂ ਟਾਈਪਸ ਦੇ ਵਿੱਚ, ਦੋਨੋਂ ਕਿਸਮਾਂ ਦੇ ਵਿੱਚੋਂ ਕੋਈ ਵੀ ਹੋ ਜਾਵੇ ਤਾਂ ਤੁਸੀਂ ਕਿਹੜੀ ਜਿਹੜੀ ਡਾਈਟ ਹੈ ਉਹ ਲੈਣੀ ਹੈ? ਹਾਂ, ਸੋ ਇੱਥੇ ਸਮਝਣਾ ਪਏਗਾ ਕਿ ਡਾਇਟ ਵੀ ਵੱਖਰੀ ਵੱਖਰੀ ਪ੍ਰਕਾਰ ਦੀ ਹੁੰਦੀ ਹੈ। ਜਿਵੇਂ ਹੁਣ ਆਪਾਂ ਗੱਲ ਕੀਤੀ ਸੀ
ਡੇਅਰੀ ਪ੍ਰੋਡਕਟਸ ਜਿਹੜੇ ਨੇ ਜਿਹੜੇ ਅੱਜ ਕੱਲ ਮਾਰਕੀਟ ਵਿੱਚ ਮਿਲ ਰਹੇ ਨੇ ਪੈਕੇਟ ਵਾਲਾ ਦੁੱਧ ਹੈ, ਇਹ ਚੀਜ਼ਾਂ ਨਹੀਂ ਲੈਣੀਆਂ ਨੇ। ਇਸ ਤੋਂ ਇਲਾਵਾ ਤੁਸੀਂ ਹਰ ਰੋਜ਼, ਹਾਂ ਇਹ ਕਿਉਂ ਨਹੀਂ ਲੈਣੀਆਂ, ਉਹਦਾ ਕਾਰਨ ਇਹ ਹੈ ਕਿ ਦੇਖੋ ਅੱਜ ਕੱਲ ਜਿਹੜੀ ਗਾਵਾਂ ਨੇ ਨਾ, ਜਿਹੜਾ ਪੈਕੇਟ ਵਾਲਾ ਦੁੱਧ ਆਉਂਦਾ ਹੈ, ਉਹਨਾਂ ਨੂੰ ਇੰਜੈਕਸ਼ਨ ਲਾਏ ਜਾਂਦੇ ਨੇ, ਸਟੀਰੋਇਡ ਲਾਏ ਜਾਂਦੇ ਨੇ, ਹੋਰ ਕਾਫੀ ਤਰ੍ਹਾਂ ਦੇ ਕੈਮੀਕਲ ਮਿਲਾਏ ਜਾਂਦੇ ਨੇ। ਇਹ ਕੈਮੀਕਲ ਅੰਦਰ ਜਾ ਕੇ ਤੁਹਾਡੇ ਵੀ ਥਾਈਰੋਇਡ ਦੇ ਇੰਬੈਲੈਂਸ ਨੂੰ ਹੋਰ ਵਧਾ ਦਿੰਦੇ ਨੇ। ਸੋ ਜਦ ਤੱਕ ਤੁਸੀਂ ਅਗਰ ਪੀਸੀਓਡੀ ਨਾਲ ਸਫਰ ਕਰ ਰਹੇ ਹੋ ਜਾਂ ਥਾਈਰੋਇਡ ਨਾਲ ਜਾਂ ਕਿਸੇ ਵੀ ਹਾਰਮੋਨਲ ਇੰਬੈਲੈਂਸ ਨਾਲ ਸਫਰ ਕਰ ਰਹੇ ਹੋ, ਤਾਂ ਤੁਹਾਨੂੰ ਕੁਝ ਟਾਈਮ ਵਾਸਤੇ ਪੈਕੇਟ ਵਾਲਾ ਦੁੱਧ, ਪੈਕੇਟ ਵਾਲਾ ਮੱਖਣ, ਇਹ ਜਿੰਨੀ ਵੀ ਚੀਜ਼ਾਂ ਨੇ, ਰਿਫਾਇੰਡ ਚੀਜ਼ਾਂ, ਤੇਲ ਹੋ ਗਿਆ, ਇਹਨਾਂ ਨੂੰ ਛੱਡਣਾ ਪਏਗਾ। ਔਰ ਆਣਾ ਕਿਹੜੇ ਠੀਕ ਫੂਡ ਹੈ। ਤੇ ਪਏਗਾ, ਉਹ ਹੈ ਨੈਚੁਰਲ ਫੂਡ ਦੇ ਉੱਤੇ। ਨੈਚੁਰਲ ਫਲਾਂ ਦੇ ਸੇਵਨ ਤੁਹਾਨੂੰ ਕਰਨਾ ਪਏਗਾ, ਸਬਜ਼ੀਆਂ ਦਾ ਸੇਵਨ ਕਰਨਾ ਪਏਗਾ, ਔਰ ਨੈਚੁਰਲ ਫਾਰਮ ਵਿੱਚ ਤੁਹਾਨੂੰ ਮੇਵੇ ਖਾ ਸਕਦੇ ਹੋ ਔਰ ਇਹ ਚੀਜ਼ਾਂ ਖਾ ਸਕਦੇ ਹੋ। ਸੋ ਇੱਕ ਜਿਹੜਾ ਜਨਰਲ ਜੀ ਡਾਈਟ ਪਲਾਨ ਹੈ ਜੋ ਅਸੀਂ ਥਾਈਰੋਇਡ ਦੇ ਪੇਸ਼ੈਂਟਸ ਨੂੰ ਸੁਜੈਸਟ ਕਰਦੇ ਹਾਂ, ਉਹ ਮੈਂ ਇਸ ਵੀਡੀਓ ਮਾਧਿਅਮ ਨਾਲ ਆਪ ਜੀ ਨੂੰ ਦੱਸ ਸਕਦਾ ਹਾਂ। ਲੇਕਿਨ ਇੱਕ ਗੱਲ ਹਮੇਸ਼ਾ ਸਮਝਣ ਵਾਲੀ ਹੈ ਕਿ ਹਰ ਪੇਸ਼ੈਂਟ ਵੱਖਰਾ ਹੁੰਦਾ ਹੈ, ਹਰ ਕਲਾਇੰਟ ਵੱਖਰਾ ਹੁੰਦਾ ਹੈ, ਉਹਦੀ ਲੋੜ ਵੱਖਰੀਆਂ ਹੁੰਦੀਆਂ ਨੇ। ਸੋ ਲੋੜਾਂ ਨੂੰ ਮੁਤਾਬਿਕ ਰੱਖ ਕੇ ਅਸੀਂ ਹਰ ਪੇਸ਼ੈਂਟ ਦਾ ਵੱਖਰਾ ਵੱਖਰਾ ਡਾਈਟ ਪਲਾਨ ਬਣਾਉਂਦੇ ਹਾਂ ਜਦੋਂ ਸਾਡੇ ਕੋਲ ਆਉਂਦਾ ਹੈ। ਪਰ ਇਸ ਸ਼ੋਅ ਵਿੱਚ ਇੱਕ ਜਨਰਲ ਡਾਈਟ ਪਲਾਨ ਮੈਂ ਤੁਹਾਨੂੰ ਦੇ ਸਕਦਾ ਹਾਂ, ਉਹ ਲੇਕਿਨ ਫੋਲੋ ਕਰਨ ਦੀ ਕੁਝ ਕੰਡੀਸ਼ਨਸ ਨੇ। ਉਹ ਤੁਸੀਂ ਤਾਂ ਫੋਲੋ ਕਰ ਸਕਦੇ ਹੋ ਜੇ ਤੁਹਾਡੀ ਉਮਰ 45 ਸਾਲ ਤੋਂ ਘੱਟ ਹੈਗੀ, ਤੁਹਾਨੂੰ ਸਿਰਫ ਥਾਈਰੋਇਡ ਦੀ ਹੀ ਪ੍ਰੋਬਲਮ ਹੈ, ਇਸ ਤੋਂ ਇਲਾਵਾ ਹੋਰ ਡਾਇਬੀਟੀਜ਼, ਬੀਪੀ, ਕੋਲੈਸਟ੍ਰੋਲ, ਇਹ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਹੈ, ਤੇ ਤੁਸੀਂ ਇਸ ਜੀ ਡਾਇਟ ਨੂੰ ਚੰਗੀ ਤਰ੍ਹਾਂ ਵੀਡੀਓ ਵਿੱਚ ਸਮਝ ਵੀ ਰਹੇ ਹੋ। ਅਗਰ ਤੁਹਾਨੂੰ ਪ੍ਰੋਪਰਲੀ ਨਹੀਂ ਸਮਝ ਆ ਰਿਹਾ ਹੈਗਾ ਜਾਂ ਕਨਫਿਊਜ਼ਨ ਹੈਗੀ ਜਾਂ ਤੁਹਾਡੀ ਉਮਰ 45 ਤੋਂ ਜ਼ਿਆਦਾ ਹੈ ਜਾਂ ਕਾਫੀ ਸਾਰੀ ਬਿਮਾਰੀਆਂ ਹਨ, ਤਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਸਾਡੀ ਸਲਾਹ ਲੈ ਕੇ ਹੀ ਇਹ ਫੋਲੋ ਕਰਿਓ, ਤੁਹਾਨੂੰ ਜ਼ਿਆਦਾ ਫਾਇਦਾ ਮਿਲੇਗਾ। ਸੋ ਡਾਇਟ ਇਸ ਪ੍ਰਕਾਰ ਹੈ। ਸੋ ਸਭ ਤੋਂ ਪਹਿਲਾਂ ਮਾਰਨਿੰਗ ਵਿੱਚ ਸਾਨੂੰ ਇੱਕ ਡੀਟੌਕਸ ਜੂਸ ਲੈਣਾ ਹੈ। ਡੀਟੌਕਸ ਜੂਸ ਯਾਨੀ ਕਿ ਜਿਹੜਾ ਜੂਸ ਤੁਹਾਡੀ ਬਾਡੀ ਵਿੱਚ ਜਾਏ ਸਵੇਰੇ ਸਵੇਰੇ ਤੇ ਅੰਦਰ ਜਾ ਕੇ ਤੁਹਾਡੇ ਜਿਹੜੀ ਬਿਮਾਰੀ ਆਂਤੜੀਆਂ ਵਿੱਚ ਜਮੀ ਹੋਈ ਹੈ ਉਹਨੂੰ ਕੱਢਣ ਵਿੱਚ ਤੁਹਾਡੀ ਸਹਾਇਤਾ ਕਰੇ। ਸੋ ਇਸ ਪ੍ਰਕਾਰ ਦਾ ਸਭ ਤੋਂ ਬਿਹਤਰੀਨ ਜੂਸ ਜਿਹੜਾ ਮੰਨਿਆ ਗਿਆ ਹੈ ਉਹ ਹੈ ਸਫੇਦ ਪੇਠੇ ਦਾ ਜੂਸ। ਸਫੇਦ ਪੇਠੇ ਦਾ ਜੂਸ, ਸੋ ਉਹਦੇ ਵਿੱਚ ਸਫੇਦ ਫਿੱਟਾ ਕਿਹੜਾ ਹੁੰਦਾ, ਬਾਹਰੋਂ ਉਹ ਹਰੇ ਰੰਗ ਦਾ ਹੁੰਦਾ ਹੈ, ਅੰਦਰੋਂ ਸਫੇਦ ਹੁੰਦਾ ਹੈ, ਉਹਦੇ ਅੰਦਰ ਬੀਜ ਹੁੰਦੇ ਨੇ। ਸੋ ਤੁਹਾਨੂੰ ਉਹ ਬੀਜਾਂ ਨੂੰ ਕੱਢ ਲੈਣਾ ਹੈਗਾ, ਬਾਹਰ ਦਾ ਛਿਲਕਾ ਉਤਾਰ ਲੈਣਾ ਹੈਗਾ, ਤੇ ਸਿਰਫ ਜਿਹੜਾ ਅੰਦਰ ਦਾ ਜਿਹੜਾ ਗੁੱਦਾ ਹੈਗਾ, ਜਿਹੜਾ ਵਾਈਟ ਪੋਰਸ਼ਨ ਹੈ, ਉਹਨੂੰ ਜੂਸਰ ਵਿੱਚ ਪਾ ਕੇ ਜੂਸ ਬਣਾ ਕੇ ਉਹਨੂੰ ਸਿਪ 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 ਕਰਕੇ ਪੀ ਲੈਣਾ ਹੈ। ਇਹ ਸਾਡਾ ਸਵੇਰ ਦਾ ਸਭ ਤੋਂ ਪਹਿਲਾਂ ਡੀਟੌਕਸ ਜੂਸ ਹੈਗਾ। ਜੀ ਡਾਕਟਰ ਸਾਹਿਬ, ਤੇ ਉਸ ਤੋਂ ਬਾਅਦ ਫਿਰ ਹਾਂਜੀ, ਪੂਰੇ ਦਿਨ ਦਾ ਜੇ ਡਾਈਟ ਪਲਾਨ ਆਪਾਂ ਦੱਸੀਏ ਤਾਂ ਉਹ ਕੀ ਹੋਏਗਾ? ਹਾਂ, ਸੋ ਹੁਣ ਨਾਸ਼ਤਾ ਜਿਹੜਾ ਕਰਨਾ ਹੈਗਾ ਉਹ ਆਪਾਂ ਨੂੰ ਕਰਨਾ ਹੈ ਡੀਟੌਕਸ ਜੂਸ ਤੋਂ 2 ਘੰਟੇ ਬਾਅਦ। ਯਾਨੀ ਅਗਰ ਡੀਟੌਕਸ ਜੂਸ ਅਸੀਂ ਲਿਆ ਹੈ ਸਵੇਰ ਦੇ 8 ਵਜੇ, ਸੋ ਹੁਣ ਨਾਸ਼ਤਾ ਸਾਡਾ ਹੋਏਗਾ ਲਗਭਗ 10 ਵਜੇ, 10:30 ਵਜੇ ਦੇ ਆਸ ਪਾਸ। ਔਰ ਇਸ ਨਾਸ਼ਤੇ ਵਿੱਚ ਸਾਨੂੰ ਕੋਈ ਬ੍ਰੈਡ ਪਕੌੜੇ ਜਾਂ ਚਾਹ ਨਾਲ ਬਿਸਕਿਟ ਖਾਣੇ ਜਾਂ ਨਮਕੀਨਾ ਖਾਣਾ, ਹਾਂ ਇਹ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ। ਸਾਨੂੰ ਖਾਣਾ ਹੈ ਕੋਈ ਵੀ ਮੌਸਮ ਦਾ ਸਬਜ਼ੀ, ਜਿਹੜਾ ਸਵਾਦਿਸ਼ਟ ਤੁਹਾਨੂੰ, ਸਭ ਤੋਂ ਫੇਵਰੇਟ ਤੁਹਾਡਾ ਜਿਹੜਾ ਫਰੂਟ ਹੈ, ਜਿਹੜਾ ਫਲ ਤੁਹਾਨੂੰ ਬਹੁਤ ਪਸੰਦ ਹੈ, ਉਹ ਫਰੂਟ ਤੁਸੀਂ ਖਾਣਾ ਹੈ, ਔਰ ਇੰਨਾ ਖਾਣਾ ਹੈ ਜਿੰਨਾ ਤੁਹਾਡਾ ਪੇਟ ਭਰ ਜਾਵੇ ਚੰਗੀ ਤਰ੍ਹਾਂ। ਜਾਂ ਮੰਨ ਲਓ 500-600 ਗ੍ਰਾਮ ਤੁਸੀਂ ਉਹ ਫਰੂਟ ਖਾਣਾ ਹੀ ਖਾਣਾ ਹੈ। ਉਹਦੇ ਵਿੱਚ ਤਰਬੂਜ ਹੋ ਸਕਦਾ ਹੈ, ਖਰਬੂਜਾ ਹੋ ਸਕਦਾ ਹੈ, ਅੰਬ ਹੋ ਸਕਦਾ ਹੈ, ਚੀਕੂ ਹੋ ਸਕਦਾ ਹੈ, ਪਪੀਤਾ ਹੋ ਸਕਦਾ ਹੈ, ਪਾਈਨਐਪਲ ਹੋ ਸਕਦਾ ਹੈ, ਸੰਤਰਾ ਹੋ ਸਕਦਾ ਹੈ, ਅੰਗੂਰ ਹੋ ਸਕਦੇ ਨੇ, ਜਿਹੜਾ ਵੀ ਫਲ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੈ, ਰੱਜ ਕੇ ਤੁਸੀਂ ਉਹ ਖਾਣਾ ਹੈਗਾ, ਠੀਕ ਹੈ। ਇਸ ਤੋਂ ਬਾਅਦ, ਹਾਂ ਇਸ ਤੋਂ ਬਾਅਦ ਲੰਚ ਦੀ ਆਪਾਂ ਗੱਲ ਕਰੀਏ। ਹੁਣ ਲੰਚ ਵਿੱਚ ਤੁਹਾਨੂੰ ਇੱਕ ਛੁੱਟ ਮਿਲੀ ਹੋਈ ਹੈ ਕਿ ਜੋ ਤੁਸੀਂ ਰੈਗੂਲਰਲੀ ਖਾਂਦੇ ਹੁੰਦੇ ਹੋ, ਪ੍ਰਸ਼ਾਦਾ, ਪਾਣੀ, ਰੋਟੀ, ਸਬਜ਼ੀ, ਜੋ ਵੀ ਤੁਸੀਂ ਦਾਲ ਚਾਵਲ ਖਾਂਦੇ ਹੋ, ਉਹ ਤੁਸੀਂ ਖਾ ਸਕਦੇ ਹੋ। ਬਸ ਇੱਕ ਧਿਆਨ ਰੱਖਣਾ ਹੈ ਕਿ ਫਰੂਟ ਦਾ ਬ੍ਰੇਕਫਾਸਟ ਕਰਨ ਤੋਂ ਐਟਲੀਸਟ 2-3 ਘੰਟੇ ਦਾ ਉਹਦੇ ਵਿੱਚ ਗੈਪ ਹੋਣਾ ਚਾਹੀਦਾ ਹੈ। ਔਰ ਜਦ ਤੁਸੀਂ ਰੋਟੀ ਖਾਣ ਬੈਠੋਗੇ, ਰੋਟੀ ਖਾਣ ਤੋਂ 5 ਮਿੰਟ ਪਹਿਲਾਂ ਤੁਸੀਂ ਆਪਣੀ ਡਾਇਟ ਵਿੱਚ ਆਪਣੇ ਵੇਟ ਦੇ ਅਨੁਸਾਰ, ਯਾਨੀ ਅਗਰ ਤੁਹਾਡਾ ਬੋਡੀ ਵੇਟ 70 ਕਿਲੋ ਹੈ, ਤਾਂ 70 × 5, ਉਹਨਾਂ ਤੁਸੀਂ ਕੱਚੀ ਸਬਜ਼ੀਆਂ ਜ਼ਰੂਰ ਖਾਣੀਆਂ ਨੇ। ਜਿਵੇਂ ਹੁਣ ਮੰਨ ਲਓ ਮੇਰਾ ਵਜ਼ਨ 70 ਕਿਲੋ ਹੈ, ਤਾਂ 70 × 5 becomes 350, ਤਾਂ 350 ਗ੍ਰਾਮ ਮੈਂ ਸਲਾਦ ਖਾਣਾ ਹੀ ਖਾਣਾ ਹੈ, ਔਰ ਇਹ ਸਲਾਦ ਖਾਏ ਤੋਂ ਬਗੈਰ ਮੈਂ ਉਹ ਰੋਟੀ ਸਬਜ਼ੀ ਨਹੀਂ ਖਾ ਸਕਦਾ। ਅਗਰ ਮੰਨ ਲਓ ਤੁਹਾਡਾ ਵਜ਼ਨ 60 ਕਿਲੋ ਹੈ, ਤੇ ਤੁਸੀਂ 300 ਗ੍ਰਾਮ ਸਲਾਦ ਖਾਣਾ ਹੀ ਖਾਣਾ ਹੈ, ਜਿਹਦੇ ਵਿੱਚ ਖੀਰਾ ਹੋ ਸਕਦਾ ਹੈ, ਟਮਾਟਰ ਹੋ ਸਕਦਾ ਹੈ, ਕੋਈ ਵੀ ਸਬਜ਼ੀ ਜਿਹੜੀ ਤੁਸੀਂ ਕੱਚੀ ਤਰ੍ਹਾਂ ਨਾਲ ਖਾ ਸਕਦੇ ਹੋ ਉਹ ਸਕਦੀ ਹੈ। ਸੋ ਪਹਿਲਾਂ ਆਪਾਂ ਸਲਾਦ ਦੀ ਇੱਕ ਪਲੇਟ ਖਾਧੀ, ਫਿਰ ਉਸ ਤੋਂ 5 ਮਿੰਟ ਠਹਿਰਨ ਤੋਂ ਬਾਅਦ ਜਿੰਨੀ ਵੀ ਜਗ੍ਹਾ ਸਾਡੇ ਪੇਟ ਵਿੱਚ ਬਚੀ ਹੋਈ ਹੈ, ਉਹਨਾਂ ਅਸੀਂ ਰੋਟੀ ਸਬਜ਼ੀ ਖਾ ਸਕਦੇ ਹਾਂ, ਦਾਲ ਚਾਵਲ ਖਾ ਸਕਦੇ ਹਾਂ, ਜੋ ਵੀ ਲੋੜ ਹੈਗੀ ਆ। ਜੀ ਜੀ ਡਾਕਟਰ ਸਾਹਿਬ, ਸੋ ਬਹੁਤ ਵਧੀਆ ਡਾਈਟ। ਤੇ ਉਸ ਤੋਂ ਬਾਅਦ ਡਿਨਰ, ਡਿਨਰ ਦਾ ਵੀ ਕੋਈ ਹੈ ਜਾਂ ਤੁਸੀਂ ਇਹ ਰეკਮੈਂਡ ਕਰਦੇ ਹੋ? ਹਾਂ, ਡਿਨਰ ਵਾਸਤੇ ਸਾਨੂੰ ਇੱਕ ਤਾਂ ਰੋਟੀ ਖਾਣ ਤੋਂ ਬਾਅਦ, ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ 6 ਘੰਟੇ ਦਾ ਗੈਪ ਰੱਖਣਾ ਹੈ। ਯਾਨੀ ਕਿ ਅਗਰ ਆਪਾਂ 1 ਵਜੇ ਦੁਪਹਿਰ ਦਾ ਲੰਚ ਕੀਤਾ ਹੈ, ਤਾਂ 6 ਘੰਟੇ ਬਾਅਦ ਯਾਨੀ ਸ਼ਾਮ ਦੇ 7 ਵਜੇ ਆਪਣਾ ਡਿਨਰ
ਕਰ ਸਕਦੇ ਆ ਔਰ ਡਿਨਰ ਵਿੱਚ ਦੋ ਆਪਸ਼ਨਸ ਜਿਹੜੀਆਂ ਹੁੰਦੀਆਂ ਨੇ ਮੈਂ ਇਸ ਕੇਸ ਵਿੱਚ ਵਧੀਆ ਮੰਨਦਾ ਹਾਂ ਇੱਕ ਤਾਂ ਹੋ ਸਕਦਾ ਹੈ ਵੈਜੀਟੇਬਲ ਸੂਪ ਜਿਵੇਂ ਟਮਾਟਰ ਦਾ ਸੂਪ ਹੋ ਗਿਆ ਗੋਭੀ ਦਾ ਸੂਪ ਬਣਾ ਲਿਆ ਜਾਂ ਕੌਰਨ ਦਾ ਸੂਪ ਬਣਾ ਲਿਆ ਮਿਕਸ ਵੈਜੀਟੇਬਲ ਸੂਪ ਬਣਾ ਲਿਆ ਜਾਂ ਦੂਜੀ ਆਪਸ਼ਨ ਹੁੰਦੀ ਹੈ ਜਿਹੜਾ ਲਿਟਲ ਮਿਲਟ ਆਉਂਦਾ ਲਿਟਲ ਮਿਲਟ ਲਿਟਲ ਮਿਲਟ ਨੂੰ ਹਿੰਦੀ ਵਿੱਚ ਕੀ ਕਹਿੰਦੇ ਆ ਮੇਰੇ ਹਿਸਾਬ ਨਾਲ ਕੁਟਕੀ ਕਹਿੰਦੇ ਆ ਸ਼ਾਇਦ ਸੋ ਕੁਟਕੀ ਜਿਹੜਾ ਮਿਲਟ ਹੁੰਦਾ ਹੈ ਉਸ ਮਿਲਟ ਦਾ ਤੁਸੀਂ ਪੁਲਾਓ ਬਣਾ ਕੇ ਖਾ ਸਕਦੇ ਹੋ अच्छा ठीक है अलग अलग सब्जियां पाके हाँ अलग अलग सब्जियां पाके पर ध्यान ही रखना है कि बहुत ज्यादा तेल नहीं पाना बहुत ज्यादा मसाले नहीं पाने जिन्ना घट तो घट नाल बन जावे और अगर बिना तड़के तो बना सकते हो तो सब तो वधिया है जी जी बिल्कुल डॉक्टर साहब सो ये डाइट है जिहड़ी सारी तुसी दसी हैगी है ये तुसी दोबारा मैं एक बार फिर कन्फर्म करना चाहांगी कि 45 साल तो जिहड़े घट उम्र के लोग ने उन्होंने लिए तुसी ये दसिया है हाँ जी बिल्कुल जी जी सो डॉक्टर साहब ए नाल नाल एक तो डाइट तो दसी है कि डाइट दे नाल तुसी ए जे डाइट एक मरीज लेंदा है यानी कि जिन्हें समस्या वो लेंदा तो किन्ने टाइम दे विच किन्ना टाइम उन्हें डाइट फॉलो करनी है डॉक्टर साहब कि वो ठीक हो जावे हाँ जी यूजुअली असि जो अपने एक्सपीरियंस विच देखिया है 3 महीने तो लैके 6 महीने विच रिजल्ट्स आ जाते हैं सो हर एक महीने बाद तुसी अपने थायराइड लेवल नो चेक करते रहना है जिवें जिवें तुसी चेक करते रहोगे तुहानू पता लग जाएगा कि भी किन्ना फर्क पै रहा है और उस फर्क के अनुसार तुसी अपने डॉक्टर नाल संपर्क करना है अपने डॉक्टर नू पुछना है डॉक्टर साहब मैं एक डाइट फॉलो कर रहा हाँ डाइट फॉलो करने मैं यह फायदा मिल रहा है इन्ना मेरा थायरॉयड में फर्क आ गया है मैं यह लक्षण घट हो गए हैं हुण तुसी दसो मैं अपनी दवाई नू किस तरह एडजस्ट करना है मतलब जिनी डोज मैं पहले ले रहा सीगा उन्हों उन किवें कटाना है कद कटाना है वह तुसी अपने डॉक्टर की संपर्क में जाके उन्होंने पूछ सकते हो यानी कि डाइट जिहड़ी तुसी डाइट है वह दवाई के नाल नाल ही दसी है भी जे डॉक्टर ने तुहानू दवाई भी लाई हुई है तुसी वह भी ले जाओ तो डाइट भी ले जाओ तो डॉक्टर साहब तुसी कोई एहो जी थैरेपी या फिर कोई एक्सरसाइज है जिहड़ी वह कोई रिकमेंड करते हो कि डाइट ਦੇ ਨਾਲ ਨਾਲ ਤੁਸੀਂ ਕੋਈ ਥੈਰੇਪੀ ਵੀ ਲੈ ਸਕਦੇ ਹੋ ਤੁਸੀਂ ਕੋਈ ਐਕਸਰਸਾਈਜ਼ ਵਗੈਰਾ ਵੀ ਵਰਜਿਸ਼ ਵੀ ਕਰ ਸਕਦੇ ਹੋ हाँ थायराइड के पेशेंट्स वास्ते एक बहुत वधिया थेरेपी होंदी है बहुत सस्ती बहुत सिंपल हर कोई कर सकता है उदे वास्ते तुहानू दो पट्टियां चाहीदियां ने कॉटन के सफेद कपड़े दियां 2.5 मीटर का एक कपड़ा लवो 1 मीटर उहदी चौड़ाई होवे उहनू फोल्ड कर लवो और उहनू ठंडे पानी की बाल्टी में चंगी तरह डुबोवो ਜਦੋਂ ਪਾਣੀ ਨਾਲ ਭਿੱਜ ਜਾਵੇ ਤੇ ਉਹਨੂੰ ਚੰਗੀ ਤਰ੍ਹਾਂ ਨਿਚੋੜ ਲਵੋ ਔਰ ਨਿਚੋੜ ਕੇ ਆਪਣੇ ਕਮਰ ਔਰ ਪੇਟ ਦੇ ਆਸ-ਪਾਸ ਉਹਨੂੰ ਲਪੇਟ ਲਵੋ ਇਹ ਤਾਂ ਹੋ ਗਈ ਇੱਕ ਪੱਟੀ ਦੀ ਗੱਲ ਜਿਹੜੀ ਦੂਜੀ ਪੱਟੀ ਹੈਗੀ ਉਹ ਥੋੜੀ ਛੋਟੀ ਹੋਵੇਗੀ ਇੰਨੀ ਔਰ ਉਹਨੂੰ ਵੀ ਠੰਡੇ ਪਾਣੀ ਵਿੱਚ ਜਗੋ ਕੇ ਨਿਚੋੜ ਕੇ ਤੇ ਆਪਣੇ ਗਲੇ ਦੇ ਆਸ-ਪਾਸ ਪਿੱਛੇ ਪੂਰਾ ਉਹਨੂੰ ਲਪੇਟ ਲਵੋ ਸੋ ਲੋਕੀ ਪੁੱਛਦੇ ਨੇ ਕਿ ਇਹਦੇ ਨਾਲ ਹੁੰਦਾ ਕੀ ਹੈ ਦੇਖੋ ਹੁੰਦਾ ਕੀ ਹੈ ਕਿ ਜਿਹੜੀ ਪੱਟੀਆਂ ਨੇ ਇਹ ਠੰਡੀਆਂ ਨੇ ਇਹ ਜੇ ਠੰਡੀ ਹੋ ਕੇ ਤੁਹਾਡੇ ਗਲੇ ਤੇ ਤੁਹਾਡੇ ਪੇਟ ਵਿੱਚ ਲੱਗਦੀਆਂ ਨੇ ਤੇ ਉਸ ਜਗ੍ਹਾ ਦਾ ਯਾਨੀ ਪੇਟ ਦਾ ਤੇ ਗਲੇ ਦਾ ਟੈਂਪਰੇਚਰ ਥੋੜਾ ਥੋੜਾ ਬਾਕੀ ਬਾਡੀ ਦੇ ਮੁਕਾਬਲੇ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਐਜ਼ ਅ ਰਿਜ਼ਲਟ ਬਾਡੀ ਵਿੱਚ ਦੋ ਤਾਪਮਾਨ ਬਣ ਜਾਂਦੇ ਨੇ ਉੱਤੇ ਗਰਮ ਇੱਥੇ ਠੰਡਾ ਫਿਰ ਇੱਥੇ ਗਰਮ ਫਿਰ ਥੱਲੇ ਠੰਡਾ ਸੋ ਇਸ ਤਰ੍ਹਾਂ ਹੋਣ ਨਾਲ ਕੀ ਹੁੰਦਾ ਹੈ ਤੁਹਾਡੀ ਬਾਡੀ ਵਿੱਚ ਖੂਨ ਦਾ ਜਿਹੜਾ ਦੌਰਾ ਹੈਗਾ ਬਲੱਡ ਸਰਕੂਲੇਸ਼ਨ ਵੱਧ ਜਾਂਦਾ ਹੈ ਔਰ ਜਿਵੇਂ ਜਿਵੇਂ ਬਲੱਡ ਸਰਕੂਲੇਸ਼ਨ ਵੱਧਦਾ ਹੈ ਤੇ ਜਿਹੜੀ ਪੇਟ ਵਿੱਚ ਜਮਾ ਗੰਦਗੀ ਹੈ ਆਂਤੜੀਆਂ ਵਿੱਚ ਜਿਹੜੀ ਗੰਦਗੀ ਜਮਾ ਹੋਈ ਹੈ ਤੇ ਸਾਡੇ ਥਾਇਰੋਇਡ ਗਲੈਂਡ ਦੇ ਆਸ-ਪਾਸ ਜਿਹੜੀ ਗੰਦਗੀ ਜਮਾ ਹੋਈ ਹੈ ਉਹ ਆਪਣੀ ਜਗ੍ਹਾ ਛੱਡਣ ਲੱਗ ਪੈਂਦੀ ਹੈ ਸੋ ਜਿਹੜੇ ਟੌਕਸਿਨਸ ਬਾਹਰ ਨਿਕਲ ਜਾਂਦੇ ਨੇ ਸਾਡੀ ਬਿਮਾਰੀਆਂ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਸਾਰੀ ਸਾਇੰਸ ਹੈ ਜੀ ਜੀ ਬਿਲਕੁਲ ਬਿਲਕੁਲ ਸੋ ਡਾਕਟਰ ਸਾਹਿਬ ਜੇ ਬੰਦਾ ਇਹ ਥੈਰੇਪੀ ਵੀ ਲੈਂਦਾ ਹੈ ਤੇ ਇਹ ਡਾਈਟ ਵੀ ਤੁਹਾਡੀ ਫੋਲੋ ਕਰਦਾ ਹੈ ਤਾਂ ਕੀ ਉਹਨੂੰ ਦਵਾਈ ਲੈਣ ਦੀ ਲੋੜ ਹੈਗੀ ਉਹਨੂੰ ਡਾਕਟਰ ਦੇ ਸੰਪਰਕ ਦੇ ਵਿੱਚ ਰਹਿਣ ਦੀ ਲੋੜ ਹੈ ਸਿੱਧਾ ਸਿੱਧਾ ਸਵਾਲ ਜੇ ਮੈਂ ਪੁੱਛਾਂ ਹਾਂ ਜਦ ਤੱਕ ਮੰਨ ਲਓ ਫੋਰ ਐਗਜ਼ਾਮਪਲ ਇੱਕ ਥਾਇਰੋਇਡ ਦਾ ਪੇਸ਼ੈਂਟ ਹੈ ਉਹਦਾ TSH ਲੈਵਲ ਜਿਹੜਾ ਸੀਗਾ ਉਹ 15 20 25 30 ਤੱਕ ਪਹੁੰਚਿਆ ਹੋਇਆ ਹੈ ਨਾਲ ਨਾਲ ਉਹ 75 ਜਾਂ 100 ਜਾਂ 125 mg ਦੀ ਗੋਲੀ ਵੀ ਲੈ ਰਿਹਾ ਹੈਗਾ ਤੇ ਜੇ ਮੰਨ ਲਓ ਉਸਨੇ ਵੀਡੀਓ ਦੇਖੀ ਉਹਨੂੰ ਸਮਝ ਆ ਗਈ ਡਾਈਟ ਕਿਵੇਂ ਫੋਲੋ ਕਰਨੀ ਹੈ ਤੇ ਉਹਨੇ ਫੋਲੋ ਕਰਨਾ ਸ਼ੁਰੂ ਕਰ ਦਿੱਤਾ ਤੇ ਧੀਰੇ ਧੀਰੇ ਉਹਨੂੰ ਕੁਝ ਸਰੀਰ ਵਿੱਚ ਬਦਲਾਅ ਦਿਖਣੇ ਸ਼ੁਰੂ ਹੋਣਗੇ ਬੈਨੀਫਿਟ ਦਿਖਣੇ ਸ਼ੁਰੂ ਹੋਣਗੇ ਤੇ ਹਰ ਮਹੀਨੇ ਬਾਅਦ ਉਹਨੂੰ ਥਾਇਰੋਇਡ ਦਾ ਟੈਸਟ ਵੀ ਕਰਾਉਣਾ ਹੈਗਾ ਅਗਰ ਨੰਬਰਸ ਵਿੱਚ ਰੀਡਿੰਗਸ ਵਿੱਚ ਫਰਕ ਪੈ ਰਿਹਾ ਹੈ ਯਾਨੀ ਰੀਡਿੰਗਸ ਘਟ ਗਈਆਂ ਤਾਂ ਫਿਰ ਉਹ ਡਾਕਟਰ ਨੂੰ ਸੰਪਰਕ ਕਰੇਗਾ ਔਰ ਡਾਕਟਰ ਨੂੰ ਪੁੱਛੇਗਾ ਹੁਣ ਮੈਂ ਆਪਣੀ ਦਵਾਈ ਨੂੰ ਐਡਜਸਟ ਕਿਵੇਂ ਕਰਨਾ ਹੈਗਾ ਕਿਉਂਕਿ ਜਦ ਤੱਕ ਡਾਈਟ ਚੱਲ ਰਹੀ ਹੈ ਦਵਾਈ ਵੀ ਲੈਂਦੇ ਰਹਿਣਾ ਹੈਗਾ ਔਰ ਇੱਕ ਵਾਰੀ ਦਵਾਈ ਜਦ ਪੂਰੀ ਤਰ੍ਹਾਂ ਬੰਦ ਹੋ ਗਈ ਡਾਕਟਰ ਦੇ ਸਲਾਹ ਦੇ ਅਨੁਸਾਰ ਉਸ ਤੋਂ ਬਾਅਦ ਤੁਸੀਂ ਸਿਰਫ ਡਾਈਟ ਤੇ ਹੀ ਰਹਿਣਾ ਹੈ ਦਵਾਈ ਦੁਬਾਰਾ ਲੈਣ ਦੀ ਮੈਨੂੰ ਲੱਗਦਾ ਨਹੀਂ ਹੈ ਲੋੜ ਪਏਗੀ ਜੀ 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 ਬਿਲਕੁਲ ਸੋ ਡਾਕਟਰ ਸਾਹਿਬ ਤੁਸੀਂ
ਵਧੀਆ ਜਿਹੜੀ ਇਹ ਡਾਈਟ ਦੱਸੀ ਹੈ ਤਾਂ ਸਾਰੇ ਦਰਸ਼ਕਾਂ ਨੂੰ ਜ਼ਰੂਰ ਅਸੀਂ ਅਪੀਲ ਕਰਾਂਗੇ ਕਿ ਪਿੱਛੇ ਜਾ ਕੇ ਤੁਸੀਂ ਦੁਬਾਰਾ ਇਸ ਵੀਡੀਓ ਨੂੰ ਸੁਣ ਸਕਦੇ ਹੋ ਜਿਹੜੀ ਡਾਈਟ ਸਾਰੀ ਦੱਸੀ ਹੈ ਸਵੇਰ ਤੋਂ ਲੈ ਕੇ ਤੜਕੇ ਤੋਂ ਲੈ ਕੇ ਇੱਕ ਡੀਟੌਕਸ ਜੂਸ ਤੋਂ ਸਟਾਰਟ ਕਰਕੇ ਤੁਸੀਂ ਰਾਤ ਦਾ ਜਿਹੜਾ ਭੋਜਨ ਹੈ ਉਹ ਕੀ ਕਰਨਾ ਹੈ ਤੇ ਉਹਨੂੰ 3 ਤੋਂ ਲੈ ਕੇ 6 ਮਹੀਨੇ ਤੱਕ ਤੁਸੀਂ ਫੋਲੋ ਕਰੋਗੇ ਤੁਸੀਂ ਉਸ ਮੁਤਾਬਿਕ ਜੇ ਤੁਸੀਂ ਭੋਜਨ ਕਰੋਗੇ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਤਾਂ ਤੁਸੀਂ ਥਾਇਰਾਇਡ ਜਿਹੜੀ ਸਮੱਸਿਆ ਹੈ ਥਾਇਰਾਇਡ ਦੀ ਸਮੱਸਿਆ ਹੈ ਉਸ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਹੋ। ਡਾਕਟਰ ਸਾਹਿਬ ਕੋਈ ਹੋਰ ਵੀ ਕੋਈ ਅਹਿਮ ਇਹੋ ਜਿਹੀ ਗੱਲ ਰਹਿ ਗਈ ਹੋਵੇ ਕਿਉਂਕਿ ਤੁਸੀਂ ਇਸ ਪੇਸ਼ੇ ਦੇ ਨਾਲ ਜ਼ਿਆਦਾ ਸੰਬੰਧਿਤ ਤੋਂ ਕੋਈ ਇਹੋ ਜਿਹਾ ਸਵਾਲ ਹੋਵੇ ਜਿਹੜਾ ਕੋਈ ਪੁੱਛਣ ਤੋਂ ਰਹਿ ਗਿਆ ਹੋਵੇ ਤੇ ਤੁਸੀਂ ਦੱਸਣਾ ਜ਼ਰੂਰੀ ਸਮਝਦੇ ਹੋਵੋ ਸਾਡੇ ਦਰਸ਼ਕਾਂ ਨੂੰ ਕੋਈ ਇਹੋ ਜਿਹੀ ਸਾਵਧਾਨੀ। ਹਾਂ, ਸੋ ਇੱਕ ਤਾਂ ਕੁਐਸਚਨ ਇਹ ਇੱਕ ਤਾਂ ਕੁਐਸਚਨ ਸੀ ਹੈਗਾ ਕਿ ਇਸ ਤੋਂ ਇਲਾਵਾ ਆਪਾਂ ਨੂੰ ਆਪਣੀ ਦਿਨ ਚਰਿਆ ਵਿੱਚ ਕੀ ਚੀਜ਼ਾਂ ਐਡ ਕਰਨੀਆਂ ਚਾਹੀਦੀਆਂ ਨੇ ਜਿਹਦੇ ਨਾਲ ਸਾਡਾ ਹਾਰਮੋਨਲ ਇੰਬੈਲੈਂਸ ਬੈਟਰ ਹੋ ਜਾਵੇ। ਦੇਖੋ, ਧੁੱਪ ਜੀ ਵਿੱਚ ਜਾਣਾ ਬਹੁਤ ਜ਼ਰੂਰੀ ਹੈ, ਹਰ ਰੋਜ਼ ਅੱਧਾ ਘੰਟਾ ਪੌਣਾ ਘੰਟਾ ਸੂਰਜ ਦੀ ਕਿਰਨਾਂ ਦੇ ਥੱਲੇ ਬਿਤਾਉਣਾ ਬਹੁਤ ਜ਼ਰੂਰੀ ਹੈ, ਔਰ ਸੈਕੰਡਲੀ ਐਕਸਰਸਾਈਜ਼ ਕਰਨੀ, ਚਾਹੇ ਤੁਸੀਂ 1 ਘੰਟਾ ਸੈਰ ਹੀ ਡੇਲੀ ਕਰ ਲਵੋ, ਅਗਰ ਨਹੀਂ ਤਾਂ ਤੁਸੀਂ ਅੱਧਾ ਘੰਟਾ ਸਾਈਕਲਿੰਗ ਕਰ ਲਵੋ, ਜਾਂ ਜਿਹੜੀ ਹਰੀ ਘਾਸ ਹੁੰਦੀ ਹੈ ਸਵੇਰ ਦੀ ਜਿਹੜੀ ਘਾਸ ਹੁੰਦੀ ਹੈ ਉੱਥੇ ਤੁਸੀਂ ਵਾਕ ਕਰ ਸਕਦੇ ਹੋ ਨੰਗੇ ਪੈਰ, ਉਹ ਵੀ ਬਹੁਤ ਵਧੀਆ ਹੁੰਦਾ। ਇਹ ਚੀਜ਼ਾਂ ਕਰ ਸਕਦੇ ਹੋ। ਔਰ ਇੱਕ ਸਵਾਲ ਕਾਫੀ ਪੁੱਛਿਆ ਜਾਂਦਾ ਹੈ ਕਿ ਜਦ ਪ੍ਰੈਗਨੈਂਸੀ ਹੁੰਦੀ ਹੈ, ਪ੍ਰੈਗਨੈਂਸੀ ਵੇਲੇ ਕਈ ਵਾਰੀ ਮਹਿਲਾਵਾਂ ਦਾ ਥਾਇਰੋਇਡ ਲੈਵਲ ਵੱਧ ਜਾਂਦਾ ਹੈਗਾ, ਕਈ ਵਾਰ ਸ਼ੂਗਰ ਲੈਵਲ ਵੀ ਵੱਧ ਜਾਂਦਾ ਹੈਗਾ, ਸੋ ਉਸ ਕੇਸ ਵਿੱਚ ਕੀ ਕਰਨਾ ਜੀ ਚਾਹੀਦਾ ਹੈ? ਦੇਖੋ, ਯੂਜਲੀ ਕੀ ਹੁੰਦਾ ਹੈ, ਜਦ ਸਾਡੇ ਅੰਦਰ ਇੱਕ ਨਵੀਂ ਜਾਨ ਆ ਰਹੀ ਹੈ, ਇੱਕ ਨਵੀਂ ਲਾਈਫ ਆ ਰਹੀ ਹੈ, ਸੋ ਬਾਡੀ ਵਿੱਚ ਕਾਫੀ ਸਾਰੇ ਚੇਂਜਸ ਆਉਂਦੇ ਨੇ, ਹਾਰਮੋਨਲ ਚੇਂਜਸ ਵੀ ਆਉਂਦੇ ਨੇ, ਹੋਰ ਵੀ ਚੇਂਜਸ, ਮੂਡ ਵੀ ਚੇਂਜਸ ਆਉਂਦੇ ਨੇ, ਬੜਾ ਕੁਝ ਬਦਲਣਾ ਸ਼ੁਰੂ ਹੁੰਦਾ ਹੈ ਕਿਉਂਕਿ ਹੁਣ ਤੁਸੀਂ ਮਾਂ ਬਣਨੇ ਵਾਲੇ ਹੋ। ਸੋ ਹੁੰਦਾ ਕੀ ਹੈ ਕਿ ਜੀ ਅਗਰ ਉਸ ਟਾਈਮ ਤੁਹਾਡਾ ਸ਼ੂਗਰ ਲੈਵਲ ਵੱਧ ਜਾਵੇ, ਥਾਇਰੋਇਡ ਲੈਵਲ ਵੱਧ ਜਾਵੇ, ਤੇ ਦੇਖਣਾ ਪੈਂਦਾ ਹੈ ਕਿ ਉਹ ਕਿਤਨੀ ਰੇਂਜ ਹੈ ਉਹਦੀ। ਅਗਰ ਰੇਂਜ ਥੋੜਾ ਬਹੁਤ ਹੀ ਵਧਿਆ ਹੈ ਤੇ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਹੈ, ਅਗਰ ਜ਼ਿਆਦਾ ਵੱਧ ਗਿਆ ਹੁੰਦਾ ਹੈ ਤੇ ਸਾਨੂੰ ਆਪਣੀ ਡਾਈਟ ਨੂੰ, ਲਾਈਫ ਸਟਾਈਲ ਨੂੰ ਸੁਧਾਰ ਲੈਣਾ ਚਾਹੀਦਾ ਹੈ ਤਾਂ ਕਿ ਚੰਗੀ ਡਿਲੀਵਰੀ ਹੋਵੇ, ਬੱਚੇ ਤੇ ਵੀ ਕੋਈ ਅਸਰ ਨਾ ਪਵੇ ਉਸ ਵਧੇ ਹੋਏ ਥਾਇਰਾਇਡ ਲੈਵਲ ਦਾ ਜਾਂ ਵਧੇ ਹੋਏ ਸ਼ੂਗਰ ਦੇ ਲੈਵਲ ਦਾ। ਔਰ ਯੂਜਲੀ ਕੀ ਹੁੰਦਾ ਹੈ, ਡਿਲੀਵਰੀ ਤੋਂ ਬਾਅਦ ਥਾਇਰਾਇਡ ਲੈਵਲ ਨਾਰਮਲ ਵੀ ਹੋ ਜਾਂਦੇ ਨੇ ਔਰ ਸ਼ੂਗਰ ਦੇ ਲੈਵਲ ਵੀ ਨਾਰਮਲ ਹੋ ਜਾਂਦਾ ਹੈ, ਪਰ ਕੁਝ ਕੇਸਿਸ ਵਿੱਚ ਜਿਹੜੇ ਜ਼ਿਆਦਾ ਪ੍ਰੋਨ ਹੁੰਦੇ ਨੇ, ਜਿਸ ਵਿੱਚ ਰਿਸਕ ਜ਼ਿਆਦਾ ਹੁੰਦਾ ਹੈ, ਤੇ ਮੈਂ ਹਮੇਸ਼ਾ ਆਪਣੇ ਪੇਸ਼ੈਂਟਸ ਨੂੰ ਇਹੀ ਕਹਿੰਦਾ ਹਾਂ ਕਿ ਤੁਸੀਂ ਪ੍ਰੈਗਨੈਂਸੀ ਵੇਲੇ ਚੰਗੀ ਨਿਊਟ੍ਰੀਸ਼ਨ ਥੈਰੇਪਿਸਟ ਦੀ ਸਲਾਹ ਲੈ ਕੇ ਆਪਣੀ ਡਾਈਟ ਪਲਾਨ ਜ਼ਰੂਰ ਬਣਵਾਓ ਤਾਂ ਕਿ ਤੁਹਾਡੀ ਬੋਡੀ ਦੀ ਨੀਡਸ ਅਤੇ ਬੱਚੇ ਦੇ ਨੀਡਸ ਦੇ ਅਨੁਸਾਰ ਨਿਊਟ੍ਰੀਸ਼ਨ ਨੂੰ ਧਿਆਨ ਵਿੱਚ ਰੱਖ ਕੇ ਤੁਹਾਡੀ ਡਾਈਟ ਪਲਾਨ ਬਣਾਈ ਜਾਵੇ ਤਾਂ ਕਿ ਤੁਹਾਡਾ ਥਾਇਰੋਇਡ ਵੀ ਨਾਰਮਲ ਰਵੇ, ਸ਼ੂਗਰ ਵੀ ਲੈਵਲ ਨਾਰਮਲ ਰਵੇ ਤੇ ਬੱਚੇ ਨੂੰ ਜਿਹੜੀ ਖੁਰਾਕ ਚਾਹੀਦੀ ਹੈ ਉਹ ਵੀ ਮਿਲਦੀ ਰਵੇ। ਸੋ ਇਸ ਤਰ੍ਹਾਂ ਤੁਸੀਂ ਸਾਨੂੰ ਵੀ ਜੀ ਜੀ ਸੰਪਰਕ ਕਰ ਸਕਦੇ ਹੋ ਔਰ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ ਇਸ ਵਿੱਚ। ਜੀ ਜੀ ਬਿਲਕੁਲ। ਸੋ ਡਾਕਟਰ ਸਾਹਿਬ ਇਹੀ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਸੀ ਕਿ ਬਹੁਤ ਸਾਰੇ ਦਰਸ਼ਕ ਨੇ ਜਿਹੜੇ ਉਹ ਸਾਨੂੰ ਪੁੱਛਦੇ ਨੇ ਕਿ ਤੁਹਾਡੇ ਨਾਲ ਸੰਪਰਕ ਕਿਵੇਂ ਕੀਤਾ ਜਾ ਸਕਦਾ ਹੈ, ਕੀ ਤੁਸੀਂ ਆਪਣਾ ਕੋਈ ਈਮੇਲ ਆਈਡੀ ਜਾਂ ਫਿਰ ਤੁਸੀਂ ਆਪਣਾ ਕੋਈ ਫੋਨ ਨੰਬਰ ਕੀ ਤੁਸੀਂ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਹੋ ਜਿਹੜਾ ਉਹ ਤੁਹਾਡੇ ਨਾਲ ਸੰਪਰਕ ਦੇ ਵਿੱਚ ਆ ਸਕਣ? ਹਾਂਜੀ, ਸਾਨੂੰ ਸੰਪਰਕ ਕਰਨ ਵਾਸਤੇ ਤੁਸੀਂ ਸਾਡਾ ਇੰਡੀਆ ਦਾ WhatsApp ਨੰਬਰ ਜਿਹੜਾ ਹੈ ਉਸ ਤੇ ਸਾਨੂੰ ਮੈਸੇਜ ਕਰ ਸਕਦੇ ਹੋ। ਨੰਬਰ ਇਸ ਪ੍ਰਕਾਰ ਹੈ ਜੀ, +91 9718422691। ਇਸ ਨੰਬਰ ਤੇ ਤੁਸੀਂ WhatsApp ਤੇ ਮੈਸੇਜ ਛੱਡ ਸਕਦੇ ਹੋ ਕਿ ਆਈ ਨੀਡ ਅਪਾਇੰਟਮੈਂਟ ਫਰੋਮ ਡਾਕਟਰ ਕਮਲਪ੍ਰੀਤ ਸਿੰਘ ਤੇ ਸਾਡੀ ਟੀਮ ਤੁਹਾਨੂੰ ਦੱਸ ਦੇਗੀ ਪ੍ਰੋਸੈਸ ਕੀ ਹੈ। ਦੂਜਾ ਤਰੀਕਾ ਹੈ ਜੀ, ਸਾਡੀ ਵੈਬਸਾਈਟ ਤੇ ਜਾ ਕੇ ਜਿਹਦੀ ਐਡਰੈਸ ਹੈਗਾ GOSATVIK.CA, ਇਹ ਕੈਨੇਡੀਅਨ ਵੈਬਸਾਈਟ ਹੈ, ਤੁਸੀਂ ਇਸ ਤੇ ਜਾ ਕੇ ਆਪਣਾ ਅਪਾਇੰਟਮੈਂਟ ਫਾਰਮ ਬੁੱਕ ਕਰ ਸਕਦੇ ਹੋ ਔਰ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਜੀ ਜੀ ਸੋ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ, ਡਿਸਕ੍ਰਿਪਸ਼ਨ ਦੇ ਵਿੱਚ ਵੀ ਅਸੀਂ ਡਾਕਟਰ ਸਾਹਿਬ ਨੇ ਜੋ ਵੀ ਆਪਣਾ ਫੋਨ ਨੰਬਰ ਤੇ ਵੈਬਸਾਈਟ ਦਾ ਜਿਹੜਾ ਸੁਨੇਹਾ ਦਿੱਤਾ ਹੈ ਉਹ ਅਸੀਂ ਜ਼ਰੂਰ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ, ਤੁਸੀਂ ਦੇਖ ਸਕਦੇ ਹੋ ਤੇ ਉਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ। ਸੋ ਡਾਕਟਰ ਸਾਹਿਬ ਮੈਂ ਇੱਕ ਆਖਰੀ ਸਵਾਲ ਜ਼ਰੂਰ ਪੁੱਛਣਾ ਚਾਹਾਂਗੀ ਕਿ ਥਾਇਰਾਇਡ ਦਾ ਜੇ ਅਸੀਂ ਸਮੇਂ ਸਿਰ ਇਲਾਜ ਨਹੀਂ ਕਰਦੇ ਤਾਂ ਇਸ ਤੋਂ ਬਾਅਦ ਸਰੀਰ ਹੋਰ ਕਿਹੜੀ ਬਿਮਾਰੀ ਦੀ ਜਕੜ ਦੇ ਵਿੱਚ ਆ ਜਾਂਦਾ? ਹਾਂਜੀ, ਸਾਰੀ ਹੀ ਬਿਮਾਰੀਆਂ ਦੀ ਜਕੜ ਵਿੱਚ ਆ ਸਕਦਾ ਹੈ ਕਿਉਂਕਿ ਅਗਰ ਬੋਡੀ ਵਿੱਚ ਸਾਡਾ ਇੱਕ ਹਾਰਮੋਨ ਇੰਬੈਲੈਂਸ ਹੋ ਜਾਵੇ ਤੇ ਉਸ ਤੇ ਇੰਬੈਲੈਂਸ ਕਰਕੇ ਬਾਕੀ ਹਾਰਮੋਨਸ ਤੇ ਵੀ ਇਫੈਕਟ ਕਰਨਾ ਸ਼ੁਰੂ ਹੋ ਜਾਂਦਾ ਹੈ। ਸੋ ਜਿਹੜਾ ਥਾਇਰੋਇਡ ਦਾ ਪੇਸ਼ੈਂਟ ਹੈ, ਮੰਨ ਲਓ ਅਗਰ ਪਿਛਲੇ 15-20 ਸਾਲਾਂ ਤੋਂ ਹੈ, ਤਾਂ ਆਮ ਤੁਸੀਂ ਵੇਖਿਆ ਹੋਏਗਾ ਜਦ ਤੁਹਾਡੇ ਥਾਇਰੋਇਡ ਦੀ ਗੋਲੀ ਲੱਗੀ ਸੀ, ਥਾਇਰੋਇਡ ਦਾ ਜਿਹੜਾ ਇਲਾਜ ਚੱਲਿਆ ਸੀ, ਪਹਿਲਾਂ ਗੋਲੀ 25 mg ਸੀ ਸੀਗੀ, ਫਿਰ 50, ਫਿਰ 75, ਫਿਰ 100, ਫਿਰ 125, ਫਿਰ 150 ਤੱਕ ਵੀ ਪਹੁੰਚ ਜਾਂਦੀ ਹੈ ਕਈਆਂ ਦੇ ਕੇਸਿਸ ਵਿੱਚ, ਔਰ ਵਜ਼ਨ ਜਿਹੜਾ ਹੈਗਾ ਉਹ ਵੱਧਦਾ ਜਾਂਦਾ ਹੈ, ਵੱਧਦਾ ਜਾਂਦਾ ਹੈ, ਵੱਧਦਾ ਜਾਂਦਾ ਹੈ, ਘਟਣ ਦਾ ਨਾਮ ਹੀ ਨਹੀਂ ਲੈਂਦਾ। ਇਹ ਹਾਈਪੋਥਾਇਰੋਇਡ ਦੀ ਮੈਂ ਗੱਲ ਕਰ ਰਿਹਾ, ਤੇ ਨਾਲ ਸਕਿਨ ਤੇ ਜਿਹੜੇ ਹੈਗੇ ਉਹ ਪਿੰਪਲਸ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਹੇਅਰ ਫਾਲ ਬਹੁਤ ਜ਼ਿਆਦਾ ਹੋਣਾ ਸ਼ੁਰੂ
ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਫੀਮੇਲਸ ਵਿੱਚ ਪੀਸੀਓਡੀ ਦੀ ਪ੍ਰੋਬਲਮ ਆ ਸਕਦੀ ਹੈ, ਪੋਲੀਸਿਸਟਿਕ ਓਵੇਰੀਅਨ ਸਿੰਡਰੋਮ, ਔਰ ਉਸ ਦੇ ਵਿੱਚ ਫਿਰ ਸਾਈਕਲਸ ਜਿਹੜੇ ਹੁੰਦੇ ਨੇ ਉਹ ਉਹਨਾਂ ਦਾ ਜਿਹੜੀ ਰੈਗੂਲੈਰਿਟੀ ਹੈ ਉਹ ਖਰਾਬ ਹੋ ਜਾਂਦੀ ਹੈ। ਇਸ ਤੋਂ ਇਲਾਵਾ ਐਕਸੈਸਿਵ ਬਲੀਡਿੰਗ ਹੋਣਾ, ਬਹੁਤ ਜ਼ਿਆਦਾ ਮਸਲ ਕ੍ਰੈਂਪਸ ਪੈਣੇ, ਸੋ ਇਹ ਪ੍ਰੋਬਲਮਸ ਵੀ ਆ ਸਕਦੀਆਂ ਨੇ। ਔਰ ਮੈਂ ਕਈ ਇਸ ਤਰ੍ਹਾਂ ਦੀ ਮੇਰੇ ਪੇਸ਼ੈਂਟ ਸੀਗੀਆਂ ਮਹਿਲਾਵਾਂ ਜਿਨ੍ਹਾਂ ਨੂੰ ਕਈ ਵਾਰ ਪੀਰੀਅਡਸ 6-6 ਮਹੀਨੇ ਤੱਕ ਵੀ ਨਹੀਂ ਆਏ ਸੀਗੇ ਔਰ ਇਸ ਤਰ੍ਹਾਂ ਵੀ ਮਿਸ ਹੋ ਜਾਂਦੇ ਸੀਗੇ, ਲੇਕਿਨ ਜਦ ਉਹਨਾਂ ਨੇ ਸਾਡੀ ਇਹ ਡਾਇਟ ਸ਼ੁਰੂ ਕੀਤੀ, ਸਮੇਂ ਤੋਂ ਕੰਸਲਟੇਸ਼ਨ ਲਈ, ਤੇ ਉਹ ਪੀਰੀਅਡਸ ਰੈਗੂਲਰ ਹੋਣੇ ਸ਼ੁਰੂ ਹੋ ਗਏ, ਜਿਹੜਾ ਐਕਸੈਸਿਵ ਪੇਨ ਹੁੰਦਾ ਸੀ ਉਹ ਘਟਣਾ ਸ਼ੁਰੂ ਹੋ ਗਿਆ। ਇਸ ਤੋਂ ਇਲਾਵਾ ਜਿਹੜੀ ਥਾਈਰੋਇਡ ਦੀ ਪ੍ਰੋਬਲਮ ਹੈ, ਹੇਅਰ ਫਾਲ, ਸਕਿਨ ਕਲੀਅਰ ਹੋਣੀ ਸ਼ੁਰੂ ਹੋ ਗਈ, ਵਜ਼ਨ ਘਟਣਾ ਸ਼ੁਰੂ ਹੋ ਗਿਆ, ਸੋ ਇਹ ਸਾਰੀ ਚੀਜ਼ਾਂ ਹੋ ਜਾਂਦੀਆਂ ਨੇ, ਪੇਸ਼ੈਂਟਸ ਠੀਕ ਹੋ ਸਕਦੇ ਨੇ। ਜੀ 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 ਡਾਕਟਰ ਸਾਹਿਬ, ਸੋ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹਰ ਹਫਤੇ ਜੁੜਦੇ ਹੋ, ਸੋ ਅਸੀਂ ਇਹੀ ਸਾਰੇ ਦਰਸ਼ਕਾਂ ਨੂੰ, ਜਿੰਨੇ ਵੀ ਸਾਡੇ ਨਾਲ ਜੁੜੇ ਸਾਡੇ ਪਿਆਰੇ ਦਰਸ਼ਕ ਨੇ, ਜਿੰਨੇ ਵੀ ਦੇਸ਼ ਦੁਨੀਆ ਦੇ ਲੋਕ ਸਾਨੂੰ ਸੁਣ ਰਹੇ ਨੇ, ਸਭ ਨੂੰ ਇਹੀ ਅਪੀਲ ਕਰਦੇ ਹਾਂ ਕਿ ਡਾਕਟਰ ਸਾਹਿਬ ਦਾ ਜੋ ਸੁਨੇਹਾ ਹੈ ਕਿ ਸਿੰਥੈਟਿਕ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਨੇ, ਸਿੰਥੈਟਿਕ ਤਰੀਕੇ ਦੇ ਨਾਲ ਬਣੀਆਂ ਹੋਈਆਂ ਨੇ, ਉਹਨਾਂ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ, ਆਪਣੀ ਡਾਇਟ ਦੇ ਵਿੱਚੋਂ ਕੱਢਣਾ ਹੈ ਹੌਲੀ ਹੌਲੀ, ਤੇ ਜਿਹੜੀਆਂ ਕੁਦਰਤੀ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਅਪਣਾਉਣਾ ਹੈ ਖਾਣ ਪੀਣ ਦੇ ਵਿੱਚ, ਸੋ ਤਾਂ ਹੀ ਅਸੀਂ ਤੰਦਰੁਸਤ ਰਹਿ ਸਕਦੇ ਹਾਂ, ਬਿਮਾਰੀਆਂ ਸਾਨੂੰ ਨਾ ਲੱਗਣ। ਇਸ ਕਰਕੇ ਆਪਣਾ ਜਿਹੜਾ ਭੋਜਨ ਹੈ ਉਹ ਅਸੀਂ ਸਾਦਾ ਕਰਨਾ ਹੈ ਅਤੇ ਬਿਲਕੁਲ ਹੀ ਸ਼ੁੱਧ ਕਰਨਾ ਹੈ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਥਾਇਰਾਇਡ ਬਾਰੇ ਸਾਨੂੰ ਜਾਣਕਾਰੀ ਦਿੱਤੀ। ਜੇ ਤੁਹਾਡੇ ਕੋਈ ਸਵਾਲ ਨੇ ਹੋਰ ਸਾਡੇ ਦਰਸ਼ਕਾਂ ਦੇ, ਤਾਂ ਤੁਸੀਂ ਜ਼ਰੂਰ ਮੈਸੇਜ ਦੇ ਵਿੱਚ ਲਿਖ ਕੇ ਸਾਨੂੰ ਭੇਜ ਸਕਦੇ ਹੋ, ਤੇ ਸਾਡਾ ਜਿਹੜਾ ਖਾਲਸ ਟੀਵੀ ਦਾ ਈਮੇਲ ID thekhalas.info@gmail.com, ਉੱਤੇ ਵੀ ਤੁਸੀਂ ਸਾਨੂੰ ਈਮੇਲ ਭੇਜ ਸਕਦੇ ਹੋ। ਸਾਰੇ ਦਰਸ਼ਕਾਂ ਦਾ ਵੀ ਧੰਨਵਾਦ ਅਤੇ ਸਾਡੇ ਖਾਸ ਮਹਿਮਾਨ ਡਾਕਟਰ ਕਮਲਪ੍ਰੀਤ ਸਿੰਘ ਦਾ ਵੀ ਧੰਨਵਾਦ। ਅਗਲੇ ਹਫਤੇ ਫਿਰ ਮਿਲਾਂਗੇ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।